ਬੱਲੇ ਤੇ ਮੇਜ਼ਾ ਹਾ ਹਾ ਸਸਤੀ ਕਲ ਦੋਸਤੋ ਮੈਂ ਦਰਸ਼ਨ ਸਿੰਘ ਦਰਸ਼ਕ ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਆ ਅੱਜ ਦੀ ਇਹਨਾਂ ਖਬਰਾਂ ਦੇ ਵਿੱਚ ਅਸੀਂ ਜਿਹੜੀਆਂ ਮਹੱਤਵਪੂਰਨ ਖਬਰਾਂ ਲਵਾਂਗੇ ਜਿਹੜੀਆਂ ਕਿ ਕੱਲ ਤੱਕ ਬਹੁਤ ਹੀ ਜ਼ਿਆਦਾ ਲੋਕਾਂ ਦੀ ਨਜ਼ਰਾਂ ਵਿੱਚ ਸੀ ਗਿਆ ਸਾਡੇ ਮੀਡੀਆ ਉੱਤੇ ਛਾਈ ਹੋਈਆਂ ਸੀ ਗਿਆ ਉਹਨਾਂ ਦੇ ਤੇ ਤੇ ਵਿਸ਼ਲੇਸ਼ਣ ਕਰਾਂਗੇ ਟਿੱਪਣੀ ਕਰਾਂਗੇ ਤੇ ਉਹਨਾਂ ਖਬਰਾਂ ਦਾ ਕੀ ਮਹੱਤਵ ਹੈ ਉਹਨਾਂ ਦਾ ਕੀ ਅਸਰ ਪੰਜਾਬ ਦੇ ਉੱਤੇ ਹੁੰਦਾ ਹੈ ਕੀ ਉਹਨਾਂ ਦਾ ਭਾਰਤ ਦੇ ਉੱਤੇ ਕੀ ਅਸਰ ਹੋਏਗਾ ਤੇ ਪੂਰੀ ਦੁਨੀਆ ਦੇ ਉੱਤੇ ਵੀ ਕੀ ਅਸਰ ਹੋਣ ਵਾਲਾ ਹੈ ਇਸ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਸਾਡੀਆਂ ਜਿਹੜੀਆਂ ਅੱਜ ਦੀਆਂ ਪ੍ਰਮੁੱਖ ਖਬਰਾਂ ਹੋਣਗੀਆਂ ਉਹਨਾਂ ਵਿੱਚੋਂ ਪਹਿਲੀ ਖਬਰ ਤਾਂ ਇਹ ਹੋਗੀ ਕਿ ਪੰਚਾਇਤ ਚੋਣਾਂ ਹੋ ਰਹੀਆਂ ਨੇ ਤੇ ਸਾਡੇ ਦੇਸ਼ ਦੇ ਵਿੱਚ ਲੋਕਤੰਤਰ ਦਾ ਬੜਾ ਮਹੱਤਵ ਹੈ ਤੇ ਪੰਚਾਇਤੀ ਚੋਣਾਂ ਦਾ ਉਸ ਤੋਂ ਵੀ ਜ਼ਿਆਦਾ ਮਹੱਤਵ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਸ ਸਮੇਂ ਕਾਫੀ ਦੁਬਦਬ ਵਿੱਚ ਫਸਈ ਹੋਈ ਹੈ ਕਿ ਸੁਨੀਲ ਜਾਖੜਾ ਨੂੰ ਪ੍ਰਧਾਨ ਬਣਿਆ ਰਹਿਣਾ ਚਾਹੀਦਾ ਹੈ ਕਿ ਨਹੀਂ ਬਣਿਆ ਰਹਿਣਾ ਚਾਹੀਦਾ ਇਸੇ ਤਰੀਕੇ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੇ ਵਿੱਚ ਬੜੇ ਹੀ ਤੇਜ਼ੀ ਦੇ ਨਾਲ ਰੰਗੋ ਬਦਲ ਹੋ ਰਹੀਆਂ ਨੇ ਤੇ ਇਸ ਦੇ ਨਾਲ ਸਲਾਹ ਕਰਨ ਲਗਾਏ ਜਾ ਰਹੇ ਨੇ ਸਲਾਹਕਾਰਾਂ ਦੇ ਨਾਲ-ਨਾਲ ਇਹ ਵੀ ਹੁਣ ਚਰਚਾ ਛਿੜ ਗਈ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਨਵਾਂ ਪ੍ਰਧਾਨ ਹੈ ਪੰਜਾਬ ਦੇ ਵਿੱਚ ਉਹ ਹਿੰਦੂ ਚਿਹਰਾ ਹੋ ਸਕਦਾ ਦਲਿਤ ਚਿਹਰਾ ਵੀ ਹੋ ਸਕਦਾ ਹੈ ਇਸ ਤੋਂ ਇਲਾਵਾ ਵੀ ਹੋਰ ਬੜੀਆਂ ਮਹੱਤਵਪੂਰਨ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਆਪਾਂ ਝਾਕ ਵੀ ਮਾਰਾਂਗੇ ਤੇ ਦੇਖਾਂਗੇ ਇਸ ਸਮੇਂ ਭਾਰਤ ਹੰਗਰ ਇੰਡੈਕਸ ਦੇ ਵਿੱਚ ਕਿੱਥੇ ਬੈਠਾ ਹੈ ਦੇ ਜਦੋਂ ਅਸੀਂ ਬਹੁਤ ਜ਼ਿਆਦਾ ਦਾਅਵੇ ਕਰਦੇ ਆ ਕਿ ਦੇਸ਼ ਬੜੀ ਤਰੱਕੀ ਕਰਦਾ ਤਾਂ ਸਾਡੀ ਜਿਹੜੀ ਇਹ ਭੁੱਖਮਰੀ ਦੀ ਇੰਡੈਕਸ ਹੈ ਉਹ ਦੱਸਦੀ ਹੈ ਕਿ ਅਸੀਂ ਕਿੱਥੇ ਖੜਿਆ ਤੇ ਹੋਰ ਵੀ ਬਹੁਤ ਸਾਰੀ ਖਬਰਾਂ ਉਹਨਾਂ ਤੇ ਗੱਲਬਾਤ ਕਰ ਰਹੇ ਆ ਸਭ ਤੋਂ ਪਹਿਲਾਂ ਆਪਾਂ ਪੰਚਾਇਤ ਚੋਣਾਂ ਨੂੰ ਲੈ ਕੇ ਗੱਲਬਾਤ ਕਰਦੇ ਆ ਪੰਚਾਇਤ ਚੋਣਾਂ ਇਸ ਗੱਲ ਕਰਕੇ ਮਹੱਤਵਪੂਰਨ ਹੈ ਕਿ ਸਾਡਾ ਦੇਸ਼ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਖਾਸ ਤੌਰ ਤੇ ਪਿੰਡੂ ਇਲਾਕਿਆਂ ਦਾ ਬਹੁਤ ਜ਼ਿਆਦਾ ਮਹੱਤਵ ਹੈ ਇਸੇ ਗੱਲ ਕਰਕੇ ਜਿਹੜੀਆਂ ਪੰਚਾਇਤਾਂ ਨੇ ਇਹ ਅੱਜ ਤੋਂ ਨਹੀਂ ਸਦੀਆਂ ਤੋਂ ਹੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਰਹੀਆਂ ਨੇ ਇਸੇ ਗੱਲ ਕਰਕੇ ਸਾਡੇ ਦੇਸ਼ ਦੇ ਸੰਵਿਧਾਨਕ ਢਾਂਚੇ ਦੇ ਵਿੱਚ ਪੰਚਾਇਤਾਂ ਦਾ ਬਹੁਤ ਜ਼ਿਆਦਾ ਮਹੱਤਵ ਹੈ ਤੇ ਇਸੇ ਗੱਲ ਕਰਕੇ ਇਹ ਕਿਹਾ ਜਾਂਦਾ ਹੈ ਕਿ ਜੇਕਰ ਅਸੀਂ ਲੋਕਤੰਤਰ ਨੂੰ ਮਜ਼ਬੂਤ ਕਰਨਾ ਤਾਂ ਪਿੰਡਾਂ ਦੇ ਵਿੱਚ ਲੋਕਤੰਤਰ ਨੂੰ ਜਿਹੜਾ ਤੱਕ ਲੈ ਕੇ ਜਾਣਾ ਪਊਗਾ ਤੇ ਉੱਥੇ ਦੇ ਲੋਕ ਆਪਣੇ ਨੁਮਾਇੰਦੇ ਚੁਣਨ ਉਹ ਨੁਮਾਇੰਦੇ ਪਿੰਡ ਦਾ ਵਿਕਾਸ ਆਪ ਕਰਨ ਤੇ ਇਸ ਇਸੇ ਪ੍ਰੋਗਰਾਮ ਤਹਿਤ ਇਸੇ ਨੀਤੀ ਦੇ ਤਹਿਤ ਇਸੇ ਸੰਵਿਧਾਨਕ ਪਹਿਲੂ ਦੇ ਤਹਿਤ ਅਸੀਂ ਪੰਚਾਇਤਾਂ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦੇ ਹਾਂ ਤੇ ਸਾਡੇ ਪੰਜਾਬ ਦੇ ਵਿੱਚ ਇਸ ਸਮੇਂ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤੇ 15 ਤਰੀਕ ਨੂੰ ਇੱਥੇ ਵੋਟਾਂ ਵੀ ਪੈਣੀਆਂ ਨੇ ਪਰ ਜਿੱਦਣ ਜੇ ਇਹ ਨਾਮਜ਼ਦਗੀ ਪੱਤਰ ਦਾਖਲ ਹੋ ਰਹੇ ਨੇ ਉਦੋਂ ਤੋਂ ਲੈ ਕੇ ਸਾਡੇ ਸਿਸਟਮ ਦੇ ਉੱਤੇ ਬਹੁਤ ਸਾਰੇ ਪ੍ਰਸ਼ਨ ਚਿੰਨ੍ਹ ਲੱਗ ਰਹੇ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਜਿਹੜੀ ਸੱਤਾਧਾਰੀ ਪਾਰਟੀ ਹੈ ਉਹਨਾਂ ਦੇ ਵਿਧਾਇਕਾਂ ਦੇ ਉੱਤੇ ਬਹੁਤ ਸਾਰੇ ਲੋਕ ਕਿੰਤੂ ਪਰੰਤੂ ਕਰ ਰਹੇ ਨੇ ਕਿ ਉਹਨਾਂ ਵੱਲੋਂ ਆਪਣੇ ਤਰੀਕੇ ਦੇ ਨਾਲ ਜ਼ਬਰ ਜਿਹੜਾ ਹੈਗਾ ਕੀਤਾ ਜਾ ਰਿਹਾ ਹੈ ਲੋਕਾਂ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਸਰਬਸੰਮਤੀ ਕੀਤੀ ਜਾਵੇ ਤਾਂ ਜੋ ਉਹ ਆਪਣੇ ਲੋਕਾਂ ਨੂੰ ਸਰਪੰਚ ਬਣਾ ਸਕਣ ਇਸ ਸਬੰਧ ਵਿੱਚ ਵਿਰੋਧੀ ਧਿਰ ਵੱਲੋਂ ਲਗਾਤਾਰ ਸ਼ਿਕਾਇਤਾਂ ਕੀਤੀ ਜਾ ਰਹੀ ਨੇ ਚੋਣ ਕਮਿਸ਼ਨ ਤੱਕ ਪਹੁੰਚ ਕੀਤੀ ਜਾ ਰਹੀ ਹੈ ਅਦਾਲਤਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਕੱਲ ਇੱਕ ਮਹੱਤਵਪੂਰਨ ਫੈਸਲਾ ਚੋਣ ਕਮਿਸ਼ਨ ਨੇ ਕੀਤਾ ਉਸ ਦੇ ਵਿੱਚ ਗਿੱਦੜਵਾਹਾ ਬਲਾਕ ਦੀਆਂ 20 ਪੰਚਾਇਤਾਂ ਦੀਆਂ ਚੋਣਾਂ ਰੱਦ ਕਰ ਦਿੱਤੀਆਂ ਨੇ ਇਹ ਵੀ ਪੰਚਾਇਤਾਂ ਦੀ ਚੋਣਾਂ ਰੱਦ ਕਰਨ ਦੇ ਨਾਲ-ਨਾਲ ਉੱਥੇ ਦੇ ਪੰਜ ਅਧਿਕਾਰੀਆਂ ਨੂੰ ਵੀ ਸਮਨ ਜਾਰੀ ਕਰ ਦਿੱਤੇ ਨੇ ਕਿ ਉਹਨਾਂ ਨੇ ਕਿਉਂ ਅਜਿਹਾ ਕੀਤਾ ਕਿ ਵਿਰੋਧੀਆਂ ਦੇ ਕਾਗਜ਼ ਰੱਦ ਕੀਤੇ ਤੇ ਇੱਥੇ ਸਰਬਸੰਮਤੀ ਦੇ ਨਾਲ ਚੋਣਾਂ ਕਰਾਈਆਂ ਹੈ ਠੀਕ ਹੈ ਕਿ ਸਰਬਸੰਮਤੀ ਦੇ ਨਾਲ ਚੋਣਾਂ ਹੋਣਾ ਚਾਹੀਦੀਆਂ ਪਰ ਜਿੱਥੇ ਲੋਕ ਨਹੀਂ ਚਾਹੁੰਦੇ ਅਸੀਂ ਸਰਬਸੰਮਤੀ ਕਰਨੀ ਆ ਅਸੀਂ ਚੋਣ ਲੜਨੀ ਆ ਤਾਂ ਉੱਥੇ ਚੋਣ ਲੜੀ ਜਾਣ ਚਾਹੀਦੀ ਹੈ ਇਸ ਸਬੰਧ ਵਿੱਚ 250 ਪੰਚਾਇਤਾਂ ਦੀ ਜਿਹੜੀ ਹੈਗੀ ਹੈ ਪਟੀਸ਼ਨਾਂ ਇਸ ਸਮੇਂ ਕੋਰਟਸ ਦੇ ਵਿੱਚ ਨੇ ਜਿਨ੍ਹਾਂ ਦਾ ਫੈਸਲਾ ਜਿਹੜਾ ਹੈਗਾ ਕਦੋਂ ਹੋਣਾ ਹੈ ਤੇ ਇਸ ਤਰੀਕੇ ਦੇ ਨਾਲ ਕਾਫੀ ਜ਼ਿਆਦਾ ਜਦੋਂ ਇਹ ਚੱਲ ਰਹੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਚਾਇਤੀ ਚੋਣਾਂ ਨੂੰ ਲੈ ਕੇ ਹੁਣ ਜਿਸ ਤਰੀਕੇ ਨਾਲ ਚੋਣ ਕਮਿਸ਼ਨ ਨੇ ਫੈਸਲਾ ਲਿਆ ਉਸ ਫੈਸਲੇ ਤੋਂ ਬਾਅਦ ਰਾਜਾ ਵੜਿੰਗ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦੀ ਬਹੁਤ ਵੱਡੀ ਜਿੱਤ ਹੈ ਇਸੇ ਤਰੀਕੇ ਦੇ ਨਾਲ ਅਕਾਲੀ ਦਲ ਨੇ ਵੀ ਇਹੀ ਕਿਹਾ ਹੈ ਕਿ ਲੋਕਤੰਤਰ ਦੀ ਵਾਪਸੀ ਹੋਣੀ ਚਾਹੀਦੀ ਹੈ ਤੇ ਜਿਹੜੇ ਆਮ ਆਦਮੀ ਪਾਰਟੀ ਹੈ ਉਸ ਵੱਲੋਂ ਲਗਾਤਾਰ ਇਹ ਯਤਨ ਕੀਤੇ ਜਾ ਰਹੇ ਸੀਗੇ ਕਿ ਸਰਵਸੰਮਤੀਆਂ ਕਰਾਈ ਜਾਣ ਤੇ ਸਰਵਸੰਮਤੀਆਂ ਦੇ ਤਹਿਤ ਜਿਹੜੇ ਵਿਰੋਧੀ ਸੀਗੇ ਉਹਨਾਂ ਦੇ ਕਾਗਜ਼ ਲਗਾਤਾਰ ਰੱਦ ਹੋ ਰਹੇ ਸੀਗੇ ਤੇ ਇਸ ਗੱਲ ਕਰਕੇ ਇਹਨਾਂ ਦੀਆਂ ਪਟੀਸ਼ਨਾਂ ਇਸ ਸਮੇਂ ਹਾਈ ਕੋਰਟ ਦੇ ਵਿੱਚ ਗਈਆਂ ਹੋਈਆਂ ਨੇ ਹਾਲੇ ਹੋਰ ਬਹੁਤ ਸਾਰੀਆਂ ਪਟੀਸ਼ਨਾਂ ਦੇ ਉੱਤੇ ਫੈਸਲਾ ਲਿਆ ਜਾਣਾ ਹੈ ਤੇ ਦੇਖਣਾ ਇਹ ਹੋਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀਆਂ ਹੋਰ ਪੰਚਾਇਤਾਂ ਦੀਆਂ ਚੋਣਾਂ ਰੱਦ ਹੁੰਦੀਆਂ ਨੇ ਇਹਦਾ ਮਤਲਬ ਇਹ ਹੈ ਕਿ 20 ਤਾਂ ਇਹ ਜਿਹੜੀਆਂ ਪੰਚਾਇਤਾਂ ਨੇ ਜਿਨ੍ਹਾਂ ਨੂੰ ਚੋਣ ਕਮਿਸ਼ਨ ਨੇ ਰੱਦ ਕਰ ਦਿੱਤਾ ਗਿਆ ਇਸੇ ਤਰੀਕੇ ਨਾਲ 250 ਦੇ ਕਰੀਬ ਹੋਰ ਪੰਚਾਇਤਾਂ ਨੇ ਜਿਨ੍ਹਾਂ ਦੇ ਉੱਤੇ ਫੈਸਲਾ ਹੋਣਾ ਹੈ ਜੇਕਰ 14 ਤਰੀਕ ਨੂੰ ਕੱਲ ਨੂੰ ਫੈਸਲਾ ਹੋ ਵੀ ਜਾਂਦਾ ਤਾਂ ਹੋ ਸਕਦਾ ਹੈ ਉਹ ਸਮੇਂ ਸਿਰ 15 ਤਰੀਕ ਤੱਕ ਉੱਥੇ ਵੀ ਚੋਣਾਂ ਨਾ ਹੋਣ ਕਿਉਂਕਿ ਇੰਨੀ ਛੇਤੀ ਸਾਰੇ ਪ੍ਰਬੰਧ ਕਰਨੇ ਸੌਖੇ ਨਹੀਂ ਹੈਗੇ ਤੇ ਉਹਨਾਂ ਚੋਣਾਂ ਦੇ ਵੀ ਅੱਗੇ ਪੈਣ ਦੀਆਂ ਕਾਫੀ ਜ਼ਿਆਦਾ ਸੰਭਾਵਨਾਵਾਂ ਨੇ ਤੇ ਹੁਣ ਆਪਾਂ ਗੱਲ ਕਰਦੇ ਆਂ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਇਸ ਸਮੇਂ ਪੰਜਾਬ ਦੇ ਵਿੱਚ ਲਗਾਤਾਰ ਯਤਨ ਕਰ ਰਹੀ ਹੈ ਕਿ ਕਿਵੇਂ ਨਾ ਕਿਵੇਂ ਇਹ ਇੱਕ ਵੱਡੀ ਪਾਰਟੀ ਬਣ ਸਕੇ ਮਜ਼ਬੂਤ ਪਾਰਟੀ ਬਣ ਸਕੇ ਇਸ ਲਈ ਉਸ ਵੱਲੋਂ ਲਗਾਤਾਰ ਆਪਾਂ ਦੇਖਦੇ ਆ ਰਹੇ ਆਂ ਕਾਂਗਰਸੀ ਆਗੂਆਂ ਦਾ ਵੀ ਸਵਾਗਤ ਹੋ ਰਿਹਾ ਹੈ ਅਕਾਲੀ ਲੀਡਰਾਂ ਦਾ ਵੀ ਸਵਾਗਤ ਹੋ ਰਿਹਾ ਹੈ ਜੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਵੀ ਸਵਾਗਤ ਹੋ ਰਿਹਾ ਹੈ ਸਿਰਫ ਤੇ ਸਿਰਫ ਮਕਸਦ ਇਹੀ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਕਿਵੇਂ ਨਾ ਕਿਵੇਂ ਪੰਜਾਬ ਦੇ ਵਿੱਚ ਮਜ਼ਬੂਤ ਕੀਤਾ ਜਾਵੇ ਤੇ ਅੱਗੇ ਉਹ ਅਕਾਲੀ ਰਲਦੀ ਭਾਈਵਾਲ ਪਾਰਟੀ ਹੁੰਦੀ ਸੀਗੀ ਤੇ ਪਰ ਇਹ ਐ ਕਿ ਕਿਸਾਨ ਅੰਦੋਲਨ ਤੋਂ ਬਾਅਦ ਇਹ ਪਾਰਟੀਆਂ ਦੋਨੇ ਅਲੱਗ-ਅਲੱਗ ਹੋ ਰਹੀਆਂ ਸੀ ਜਾਂ ਹੋ ਗਿਆ ਸੀ 224 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਸੀਗੀਆਂ ਉਸ ਦੌਰਾਨ ਕਿਆਸਰ ਆਈਆਂ ਲੱਗ ਰਹੀਆਂ ਸੀ ਕਿ ਦੋਨੇ ਪਾਰਟੀਆਂ ਇਕੱਠੀਆਂ ਹੋਣਗੀਆਂ ਪਰ ਨਹੀਂ ਹੋਈਆਂ ਦੋਨੇ ਪਾਰਟੀਆਂ ਅਲੱਗ-ਅਲੱਗ ਤੌਰ ਤੇ ਚੋਣਾਂ ਲੜ ਰਹੀਆਂ ਨੇ ਤੇ ਹੁਣ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਕਾਂਗਰਸ ਦੇ ਵੱਡੇ ਆਗੂ ਸੀਗੇ ਉਹਨਾਂ ਨੂੰ ਪਰਟੀ ਦੇ ਵਿੱਚ ਸ਼ਾਮਲ ਕੀਤਾ ਸ਼ਾਮਲ ਕਰਨ ਤੋਂ ਬਾਅਦ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਇਆ ਗਿਆ ਪਰ ਸੁਨੀਲ ਜਾਖੜ ਇਸ ਸਮੇਂ ਕਾਫੀ ਜ਼ਿਆਦਾ ਬੇਚੈਨ ਨਜ਼ਰ ਆ ਰਹੇ ਨੇ ਉਹਨਾਂ ਦੀ ਕੋਈ ਪ੍ਰਵਾਹ ਨਹੀਂ ਹੋ ਰਹੀ ਇਸ ਗੱਲ ਕਰਕੇ ਉਹ ਪਿਛਲੇ ਲੰਮੇ ਸਮੇਂ ਤੋਂ ਸਿਆਸੀ ਸਰਗਰਮੀਆਂ ਤੋਂ ਬਾਹਰ ਚੱਲ ਰਹੇ ਨੇ ਉਹਨਾਂ ਵੱਲੋਂ ਜਿਹੜੇ ਮਹੱਤਵਪੂਰਨ ਚੋਣਾਂ ਨੇ ਜਿਨ੍ਹਾਂ ਵਿੱਚ ਖਾਸ ਤੌਰ ਤੇ ਪੰਚਾਇਤ ਚੋਣਾਂ ਨੇ ਤੇ ਚਾਰ ਜਿੰਮਲੀ ਚੋਣਾ ਹੋਣੀਆਂ ਲਈ ਉਹਨਾਂ ਦੇ ਵਿੱਚ ਬਿਲਕੁਲ ਸਰਗਰਮੀਆਂ ਨਹੀਂ ਦਿਖਾਈ ਜਾ ਰਹੀਆਂ ਤੇ ਇਸ ਸਬੰਧ ਵਿੱਚ ਪਿਛਲੇ ਦਿਨੀ ਹਾਈ ਕਮਾਂਡ ਨੂੰ ਸੁਨੀਲ ਜਾਖੜ ਮਿਲੇ ਸੀਗੇ ਤੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਉਹ ਅਸਤੀਫਾ ਦੇ ਰਹੇ ਨੇ ਤੇ ਅਸਤੀਫਾ ਦਿੱਤਾ ਵੀ ਹੈ ਪਰ ਹਾਈ ਕਮਾਂਡ ਨੇ ਹਾਲੇ ਤੱਕ ਉਹਨਾਂ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਜਿਹੜੇ ਲੀਡਰ ਨੇ ਉਹਨਾਂ ਨੇ ਇੱਕ ਖੱਤ ਵੀ ਲਿਖਿਆ ਉਸ ਖੱਤ ਦੇ ਵਿੱਚ ਹਾਈ ਕਮਾਂਡ ਨੂੰ ਕਿਹਾ ਕਿ ਸੁਨੀਲ ਜਾਖੜ ਨੂੰ ਹਟਾਇਆ ਜਾਵੇ ਤੇ ਇਸ ਸਬੰਧ ਵਿੱਚ ਜਿਹੜੇ ਵੀਜੇ ਰਪਾਣੀ ਨੇ ਜਿਹੜੇ ਭਾਜਪਾ ਦੇ ਇੰਚਾਰਜ ਨੇ ਉਹਨਾਂ ਨੇ ਕਿਹਾ ਕਿ ਇਸ ਸਮੇਂ ਜਾਖੜ ਸਾਹਿਬ ਕਈ ਘਰੇਲੂ ਸਮੱਸਿਆਵਾਂ ਦੇ ਵਿੱਚ ਜੂਝ ਰਹੇ ਨੇ ਤੇ ਜਾਂ ਇਸ ਗੱਲ ਕਰਕੇ ਉਹ ਸ਼ਾਮਲ ਨਹੀਂ ਹੋ ਰਹੇ ਨਿੱਜੀ ਉਹਨਾਂ ਦੀਆਂ ਕੋਈ ਸਮੱਸਿਆਵਾਂ ਨੇ ਪਰ ਹਕੀਕਤ ਇਹ ਹੈ ਕਿ ਉਹ ਸਿਆਸੀ ਤੌਰ ਤੇ ਬਿਲਕੁਲ ਹੀ ਸਰਗਰਮ ਨਜ਼ਰ ਨਹੀਂ ਆ ਰਹੇ ਇਸ ਸਬੰਧ ਵਿੱਚ ਹਾਈ ਕਮਾਂਡ ਵੱਲੋਂ ਵੀ ਹੁਣ ਦੇਖਿਆ ਜਾ ਰਿਹਾ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਦੀ ਕਮਾਂਡ ਕਿਸੇ ਹੋਰ ਨੂੰ ਸੌਂਪੀ ਜਾਵੇ ਇਸ ਸਬੰਧ ਵਿੱਚ ਜਿਹੜੇ ਖਾਸ ਤੌਰ ਤੇ ਲੀਡਰ ਇਸ ਸਮੇਂ ਸਰਗਰਮ ਨਜ਼ਰ ਆ ਰਹੇ ਨੇ ਉਹਨਾਂ ਵਿੱਚੋਂ ਸਭ ਤੋਂ ਅੱਗੇ ਨਾਮ ਰਵਨੀਤ ਸਿੰਘ ਬਿੱਟੂ ਦਾ ਲਿਆ ਜਾ ਰਿਹਾ ਹੈ ਰਵਨੀਤ ਸਿੰਘ ਬਿੱਟੂ ਉਹਨੂੰ ਪਤਾ ਹੀ ਹੈ ਕਿ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਸੀ ਇਹ ਲੁਧਿਆਣਾ ਤੋਂ ਹਾਰ ਵੀ ਗਏ ਸੀ ਇਹ ਪਰ ਫਿਰ ਵੀ ਹਾਈ ਕਮਾਂਡ ਨੇ ਉਹਨਾਂ ਨੂੰ ਕੇਂਦਰ ਦੇ ਵਿੱਚ ਮੰਤਰੀ ਬਣਾਇਆ ਤੇ ਇਹ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਨਾਲ ਇਹ ਵੀ ਕਿਆਸਰਾਈਆਂ ਚੱਲ ਰਹੀਆਂ ਨੇ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਰਵਨੀਤ ਸਿੰਘ ਬਿੱਟੂ ਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਤੇ ਦੂਜੇ ਪਾਸੇ ਤਰਨ ਚੋਗ ਦਾ ਨਾਮ ਵੀ ਹੈ ਤੇ ਇਸੇ ਤਰ੍ਹਾਂ ਮਨੋਰੰਜਨ ਕਾਲੀਆਂ ਨੂੰ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਵੀ ਪ੍ਰਧਾਨਗੀ ਦੀ ਅਹੁਦਾ ਹਾਸਲ ਕਰਨ ਵਾਸਤੇ ਕਾਫੀ ਸਰਗਰਮ ਨਜ਼ਰ ਆ ਰਹੇ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਸ ਵੱਲੋਂ ਕਿਸ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਜਿਹਨੂੰ ਵੀ ਪ੍ਰਧਾਨ ਬਣਾਇਆ ਜਾ ਕੀ ਉਹ ਪੰਜਾਬ ਦੇ ਵਿੱਚ ਭਾਜਪਾ ਭਾਰਤੀ ਜਨਤਾ ਪਾਰਟੀ ਨੂੰ ਨਵੀਂ ਸ਼ਕਤੀ ਦੇ ਸਕਦੇ ਨੇ ਇਹ ਬਹੁਤ ਵੱਡਾ ਪ੍ਰਸ਼ਨ ਹੈ ਉਹਦਾ ਕਾਰਨ ਇਹੀ ਹੈ ਕਿ ਪੰਜਾਬ ਦੇ ਵਿੱਚ ਇਸ ਸਮੇਂ ਇੱਕ ਭਾਰਤੀ ਜਨਤਾ ਪਾਰਟੀ ਬੜੀ ਦੁਬਧਾ ਵਿੱਚ ਹੈ ਦੁਬਧਾ ਵਿੱਚ ਇਸ ਗੱਲ ਕਰਕੇ ਹੈ ਕਿ ਕੀ ਭਾਰਤੀ ਜਨਤਾ ਪਾਰਟੀ ਦੀ ਨੁਮਾਇੰਦਗੀ ਹਿੰਦੂ ਚਿਹਰੇ ਨੂੰ ਕਰਨੀ ਚਾਹੀਦੀ ਹੈ ਜਾਂ ਸਿੱਖ ਚਿਹਰੇ ਨੂੰ ਕਰਨੀ ਚਾਹੀਦੀ ਹੈ ਤੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਤਾਂ ਸਿੱਖ ਚਿਹਰਾ ਹੀ ਅੱਗੇ ਲਿਆਂਦਾ ਜਾਣਾ ਚਾਹੀਦਾ ਹੈ ਤੇ ਉਹ ਸਿੱਖ ਚਿਹਰਾ ਕੌਣ ਹੋ ਸਕਦਾ ਹੈ ਜਿਸ ਨੂੰ ਪ੍ਰਧਾਨਗੀ ਦਿੱਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਅਜਿਹੇ ਚਿਹਰੇ ਨੇ ਜਿਨ੍ਹਾਂ ਵਿੱਚ ਹਰਜੀਤ ਗਰੇਵਾਲ ਹੈ ਹਰਜੀਤ ਗਰੇਵਾਲ ਬੜੇ ਲੰਮੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ ਹੋਏ ਨੇ ਬੜੇ ਸੀਨੀਅਰ ਨੇਤਾ ਨੇ ਕਿ ਉਹਨਾਂ ਨੂੰ ਪ੍ਰਧਾਨਗੀ ਮਿਲ ਸਕਦੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਪ੍ਰਸ਼ਨ ਚਿੰਨ ਹੈ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੀ ਗੱਲ ਕੀਤੀ ਸੀਗੀ ਤੇ ਹੁਣ ਆਮ ਆਦਮੀ ਪਾਰਟੀ ਦੀ ਵੀ ਗੱਲ ਕਰ ਲਈਏ ਕਿਉਂਕਿ ਉਹ ਪੰਜਾਬ ਦੇ ਵਿੱਚ ਇਸ ਸਮੇਂ ਸੱਤਾਧਾਰੀ ਪਾਰਟੀ ਹੈ ਉੱਥੇ ਬੜੀਆਂ ਰੱਦੋ ਬਦਲ ਚੱਲ ਰਹੀਆਂ ਨੇ ਲਗਾਤਾਰ ਤਬਦੀਲੀਆਂ ਹੋ ਰਹੀਆਂ ਨੇ ਅਰਵਿੰਦ ਕੇਜਰੀਵਾਲ ਜਦੋਂ ਤੋਂ ਜੇਲ੍ਹ ਤੋਂ ਬਾਹਰ ਨਿਕਲੇ ਨੇ ਤੇ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਤਾਂ ਉਸ ਤੋਂ ਬਾਅਦ ਜੇਕਰ ਜ਼ਿਆਦਾ ਘਟਨਾਕ੍ਰਮ ਵਾਪਰੇ ਨੇ ਉਹ ਪੰਜਾਬ ਦੇ ਵਿੱਚ ਹੀ ਵਾਪਰੇ ਨੇ ਪਹਿਲੀਆਂ ਘਟਨਾਵਾਂ ਦੇ ਵਿੱਚ ਇਹ ਹੋਇਆ ਕਿ ਭਗਵਾਨਤ ਮਾਨ ਦੇ ਜਿਹੜੇ ਨਜ਼ਦੀਕੀ ਨੇ ਉਹਨਾਂ ਵਿੱਚ ਸਲਾਹਕਾਰ ਨੇ ਚਾਹੇ ਮੀਡੀਆ ਨਾਲ ਜੁੜੇ ਹੋਏ ਨੇ ਕਈ ਜਿਹੜੇ ਅਹੁਦੇਦਾਰ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਹੁਣ ਉਹ ਜਦੋਂ ਅਹੁਦੇ ਖਾਲੀ ਹੋ ਗਏ ਤੇ ਉਹਨਾਂ ਦੀ ਥਾਂ ਤੇ ਨਵੇਂ-ਨਵੇਂ ਚਿਹਰੇ ਆ ਰਹੇ ਨੇ ਉਹ ਵੀ ਦਿੱਲੀ ਤੋਂ ਆ ਰਹੇ ਨੇ ਤੇ ਇਸ ਗੱਲ ਕਰਕੇ ਜਿਹੜੀ ਭਾਰ ਖਾਸ ਤੌਰ ਤੇ ਵਿਰੋਧੀ ਧਿਰ ਰਹੇ ਉਹਨਾਂ ਵਿੱਚ ਕਾਂਗਰਸ ਚਾਹੇ ਅਕਾਲੀ ਦਲ ਹੋਵੇ ਉਹ ਆਮ ਆਦਮੀ ਪਾਰਟੀ ਦੀ ਆਲੋਚਨਾ ਕਰ ਰਹੇ ਨੇ ਕਿ ਕਿਉਂ ਪੰਜਾਬ ਦੇ ਵਿੱਚ ਇਹ ਸਲਾਹਕਾਰ ਲਗਾਏ ਜਾ ਰਹੇ ਨੇ ਉਹ ਵੀ ਦਿੱਲੀ ਤੋਂ ਲਿਆ ਕੇ ਤੇ ਦੱਸਿਆ ਇਹ ਜਾ ਰਿਹਾ ਹੈ ਕਿ ਇਸ ਸਮੇਂ ਪੰਜਾਬ ਦੀ ਜਿਹੜੀ ਆਰਥਿਕ ਹਾਲਤ ਹੈ ਉਹ ਬਹੁਤ ਜ਼ਿਆਦਾ ਕਮਜ਼ੋਰ ਹੈ ਉਹ ਸਾਨੂੰ ਵੀ ਪਤਾ ਹੈ ਤੇ ਇਸ ਗੱਲ ਕਰਕੇ ਸਲਾਹਕਾਰ ਲਗਾਏ ਗਏ ਨੇ ਉਹਨਾਂ ਵਿੱਚ ਅਰਵਿੰਦ ਮੋਦੀ ਹੈ ਸਬੈਸਟੀਅਨ ਜੇਮਸ ਨੇ ਇਹ ਇਹਨਾਂ ਨੂੰ ਸਲਾਹਕਾਰ ਨਿਯੁਕਤ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਲੁੱਟਖਸੁੱਟ ਹੋਣ ਵਾਲੀ ਹੈ ਤੇ ਇਸੇ ਤਰੀਕੇ ਨਾਲ ਸੁਖਪਾਲ ਸਿੰਘ ਖਹਿਰਾ ਨੇ ਵੀ ਕਈ ਤਰ੍ਹਾਂ ਦੇ ਪ੍ਰਸ਼ਨ ਉਠਾਏ ਨੇ ਉਸ ਇਹਦੇ ਨਾਲ ਨਾਲ ਇੱਕ ਹੋਰ ਵੀ ਬੜਾ ਵੱਡਾ ਸਵਾਲ ਪੈਦਾ ਹੋਣ ਲੱਗਾ ਹੈ ਕਿ ਭਗਵੰਤ ਮਾਨ ਜਦੋਂ 사ਕਾਰ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਕੋਈ ਕਦਮ ਚੁੱਕਦੇ ਸੀ ਪੰਜਾਬ ਦੇ ਸਬੰਧ ਵਿੱਚ ਤਾਂ ਉਹ ਉਦੋਂ ਇਹ ਗੱਲ ਕਹੀ ਜਾਂਦੀ ਸੀ ਤੇ ਕਿ ਪੰਜਾਬ ਨੂੰ ਜੇਕਰ ਕਿਸੇ ਨੇ ਚਲਾਉਣਾ ਤਾਂ ਇਲੈਕਟਿਡ ਨੁਮਾਇੰਦਿਆਂ ਨੇ ਚਲਾਉਣਾ ਨਾ ਕਿ ਸਿਲੈਕਟਿਡ ਨੁਮਾਇੰਦਿਆਂ ਨੇ ਖਾਸतौर ਤੇ ਰਾਜਪਾਲ ਦੇ ਉੱਤੇ ਇਹ ਪ੍ਰਸ਼ਨ ਚਿੰਨ ਪ੍ਰਸ਼ਨ ਕੀਤੇ ਜਾਂਦੇ ਸੀਗੇ ਹੁਣ ਕੀ ਹੋ ਰਿਹਾ ਹੈ ਤੇ ਲਗਾਤਾਰ ਸਿਲੈਕਟਿਡ ਲੋਕਾਂ ਨੂੰ ਪੰਜਾਬ ਦੇ ਵਿੱਚ ਲਗਾਇਆ ਜਾ ਰਿਹਾ ਹੈ ਪਹਿਲਾ ਏ ਵਿਵੇਕ ਕੁਮਾਰ ਬਾਰੇ ਚਰਚਾ ਹੋ ਰਹੀ ਸੀ ਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਸਲਾਹਕਾਰ ਬਣਾਇਆ ਗਿਆ ਇਸ ਗੱਲ ਦੀ ਚਰਚਾ ਹੋ ਰਹੀ ਹੈ ਹੁਣ ਵੀ ਨੇ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਉਹਨਾਂ ਨੂੰ ਸਲਾਹਕਾਰ ਨਿਯੁਕਤ ਕਰ ਵੀ ਦਿੱਤਾ ਹੈ ਕਿ ਨਹੀਂ ਕਰ ਦਿੱਤਾ ਤੇ ਦੂਜੇ ਪਾਸੇ ਜਿਹੜੇ ਅਰਵਿੰਦ ਮੋਦੀ ਤੇ ਸਬਸਟੀਨ ਜੇਮਸ ਨੂੰ ਲਗਾਇਆ ਗਿਆ ਤੇ ਉਹਨਾਂ ਨੂੰ ਇਹ ਆਰਥਿਕ ਤੌਰ ਤੇ ਸਲਾਹਕਾਰ ਨਿਯੁਕਤ ਕੀਤਾ ਹੈ ਉਹਨਾਂ ਨੂੰ ਸਲਾਹਕਾਰ ਨਿਯੁਕਤ ਕਰਨ ਦੇ ਨਾਲ ਕਈ ਪ੍ਰਸ਼ਨ ਉੱਠ ਖੜੇ ਨੇ ਪਹਿਲੀ ਗੱਲ ਤਾਂ ਇਹ ਹੈ ਭਗਵੰਤ ਮਾਨ ਹਰੇਕ ਸਟੇਜ ਦੇ ਉੱਤੇ ਇਹ ਕਹਿ ਰਹੇ ਸੀਗੇ ਕਿ ਪੰਜਾਬ ਦਾ ਖਜ਼ਾਨਾ ਭਰਿਆ ਪਿਆ ਹੈ ਇਸ ਗੱਲ ਕਰਕੇ ਨਿਯਤ ਹੋਣੀ ਚਾਹੀਦੀ ਹੈ ਜਿਹੜੀ ਪੁਰਾਣੀਆਂ ਸਰਕਾਰਾਂ ਸੀ ਉਹਨਾਂ ਦੀ ਨੀਤ ખોਟੀ ਸੀਗੀ ਤੇ ਇਸ ਗੱਲ ਕਰਕੇ ਉਹ ਹਮੇਸ਼ਾ ਇਹ ਕਹਿੰਦੇ ਆ ਰਹੇ ਸੀਗੇ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਤੇ ਪਰ ਜਿਸ ਤਰੀਕੇ ਦੇ ਨਾਲ ਹਰ ਮਹੀਨੇ ਇਹ ਸਰਕਾਰ ਲਗਾਤਾਰ ਕਰਜ਼ੇ ਲੈ ਰਹੀ ਹੈ ਤੇ ਸਰਕਾਰ ਨੂੰ ਚਲਾਉਣ ਵਾਸਤੇ ਜਿਹੜੇ ਇਹ ਕਰਜ਼ੇ ਹਾਸਲ ਕੀਤੇ ਜਾ ਰਹੇ ਨੇ ਉਹਨਾਂ ਨੇ ਵੀ ਇਸ ਸਰਕਾਰ ਦੇ ਉੱਤੇ ਪ੍ਰੈਸ਼ਰ ਪਾ ਲਾ ਦਿੱਤੇ ਨੇ ਕਿ ਇਸ ਸਰਕਾਰ ਦਾ ਖਜ਼ਾਨਾ ਬਿਲਕੁਲ ਖਾਲੀ ਹੈ ਇਹੀ ਕਾਰਨ ਹੈ ਕਿ ਹੁਣ ਆਰਥਿਕ ਸਲਾਹਕਾਰ ਲਗਾਏ ਜਾ ਰਹੇ ਨੇ ਇਹਦੇ ਵਿੱਚ 8 ਸਤੰਬਰ ਦੀ ਜਿਹੜੀ ਰਿਪੋਰਟ ਹੈ ਉਹ ਇਹ ਦੱਸਦੀ ਹੈ ਕਿ ਸਰਕਾਰ ਦੇ ਸਿਰ ਉਸ ਤਰੀਕ ਤੱਕ 8 ਤੋਂ ਬਾਅਦ ਜਿਹੜਾ ਅਕਤੂਬਰ ਮਹੀਨਾ ਵੇ ਮਹੀਨੇ ਤੱਕ ਹੋਰ ਵੀ ਬਹੁਤ ਸਾਰਾ ਕਰਜ਼ਾ ਲੈ ਲਿਆ ਗਿਆ ਹੋਗਾ ਉਦੋਂ 374000 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਗਿਆ ਤੇ ਉਸ ਸਮੇਂ ਸਰਕਾਰ ਨੇ 10000 ਕਰੋੜ ਰੁਪਏ ਦੀ ਜਿਹੜੀ ਹੈ ਹੋਰ ਮੰਗ ਕੀਤੀ ਸੀਗੀ ਕਿ ਇਹ ਸਾਨੂੰ ਕਰਜ਼ਾ ਮਿਲਣਾ ਚਾਹੀਦਾ ਤੇ ਇਹ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜਦੋਂ ਅਰਵਿੰਦ ਕੇਜਰੀਵਾਲ ਚੋਣਾਂ ਤੋਂ ਪਹਿਲਾਂ ਇਹ ਦਾਵਾ ਕਰਦੇ ਹੁੰਦੇ ਸੀਗੇ ਕਿ ਜਦੋਂ ਅਸੀਂ ਸੱਤਾ ਵਿੱਚ ਆਏ ਅਸੀਂ ਮਾਈਨਿੰਗ ਤੋਂ ਐਕਸਾਈਜ਼ ਤੋਂ ਜਿਹੜੇ ਭ੍ਰਿਸ਼ਟਾਚਾਰ ਹੋ ਰਿਹਾ ਹੈ ਉਸ ਤੋਂ ਪਤਾ ਨਹੀਂ ਅਸੀਂ ਕਿੰਨਾ ਪੈਸਾ ਕਮਾ ਲਵਾਂਗੇ ਤੇ ਪੰਜਾਬ ਦੀ ਆਰਥਿਕਤਾ ਨੂੰ ਉਲੀ ਤੋਂ ਲੀਤ ਲੈ ਕੇ ਆ ਜਾਵਾਂਗੇ ਤੇ ਇਸ ਸਬੰਧ ਵਿੱਚ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰਕਾਰ ਜਦੋਂ ਤੁਸੀਂ ਕਹਿ ਰਹੇ ਸੀ ਕਿ ਅਸੀਂ ਚੁਟਕੀਆਂ ਦੇ ਵਿੱਚ ਹਰ ਚੀਜ਼ ਨੂੰ ਠੀਕ ਕਰ ਦਵਾਂਗੇ ਹੁਣ 3 ਸਾਲ ਹੋ ਗਏ ਨੇ ਤੁਹਾਡੇ ਕੋਲ ਇਹ ਵਿਵਸਥਾ ਠੀਕ ਕਿਉਂ ਨਹੀਂ ਹੋਈ ਹੈਗੀ ਇਹ ਠੀਕ ਹੈ ਕਿ ਪੁਰਾਣੀਆਂ ਸਰਕਾਰਾਂ ਵੱਲੋਂ ਬਹੁਤ ਸਾਰਾ ਕਰਜ਼ਾ ਲਿਆ ਗਿਆ ਹੈ ਪਰ ਇਹ ਹੈ ਕਿ ਤੁਸੀਂ ਹਲੇ ਤੱਕ ਇਹ ਵਿਵਸਥਾ ਕਿਉਂ ਨਹੀਂ ਕਰ ਸਕੇ ਹੈਗੇ ਇਹ ਜਿਸ ਦੇ ਲਈ ਤੁਸੀਂ ਦਾਅਵੇ ਕਰ ਰਹੇ ਸੀ ਅਸੀਂ ਬਦਲਾ ਲੈ ਕੇ ਆਵਾਂਗੇ ਤੇ ਬਦਲਾ ਦੇ ਵਿੱਚ ਕੁਝ ਅਸਰ ਤਾਂ ਹੋ ਰਿਹਾ ਹੈ ਕਿ ਜਦੋਂ ਤੁਹਾਨੂੰ ਇਹ ਪਤਾ ਸੀਗਾ ਕਿ ਅਰਥ ਵਿਵਸਾ ਬਹੁਤ ਜ਼ਿਆਦਾ ਮਾੜੀ ਹੋ ਚੁੱਕੀ ਹੈ ਕਿਉਂ ਤੁਸੀਂ 300 ਯੂਨਿਟ ਮਾਫ ਕੀਤਾ ਉਸ ਸਬੰਧ ਵਿੱਚ ਜਿਹੜੀ ਉਹ ਤਰੀ ਪਤਾ ਲੱਗ ਰਿਹਾ ਹੈ ਵੀ ਸਰਕਾਰ ਨੇ ਹੁਣ ਤੱਕ ਬਿਜਲੀ ਦੀ ਸਬਸਿਡੀ ਦੇ ਉੱਤੇ 20200 ਕਰੋੜ ਰੁਪਇਆ ਦਿੱਤਾ ਹੈ ਤੇ ਜਿਹੜੀ ਇਹ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਤੇ ਇਹੀ ਭਾਰ ਜਿਹੜਾ ਹੈਗਾ ਆਮ ਲੋਕਾਂ ਦੇ ਉੱਤੇ ਪੈ ਰਿਹਾ ਤੇ ਉਹਦੇ ਵਿੱਚ ਇਹ ਪਤਾ ਲੱਗ ਰਿਹਾ ਹੈ ਕਿ ਜਿਹੜੀ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ ਉਹ 9063 ਕਰੋੜ ਰੁਪਏ ਦੀ ਜਿਹੜੀ ਘਰੇਲੂ ਹੈ ਉਹੋ 82.82 ਸੌ 25 ਕਰੋੜ ਦੀ ਹੈ ਤੇ ਜਿਹੜੇ ਉਦਯੋਗਾਂ ਨੂੰ 2910 ਕਰੋੜ ਦੀ ਇਹ ਸਬਸਿਡੀ ਦਿੱਤੀ ਜਾ ਰਹੀ ਹੈ ਤਾਂ ਕੁੱਲ ਬਣਾ ਕੇ ਇਹ 20200 ਕਰੋੜ ਬਣ ਰਹੀ ਹੈ ਤੇ ਇਹਦੇ ਨਾਲ ਨਾਲ ਹੁਣ ਸਵਾਲ ਇਹ ਵੀ ਪੈਦਾ ਹੋ ਰਹੇ ਨੇ ਕਿ ਤੁਸੀਂ ਜਿਹੜਿਆ ਲੋਕਾਂ ਨੂੰ ਮੁਫਤ ਰੇੜੀਆਂ ਵੰਡਦੇ ਹੋ ਉਹਦਾ ਕਿੰਨਾ ਨੁਕਸਾਨ ਸੂਬੇ ਦੀ ਆਰਥਿਕ ਤਰ ਦੇ ਹੁੰਦਾ ਹੈ ਤੇ ਇਸ ਸਬੰਧ ਵਿੱਚ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਨੇ ਹੀ ਇਹਨਾਂ ਗੱਲਾਂ ਦੇ ਉੱਤੇ ਆ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹੁਣ ਤੁਸੀਂ ਪਿਛਲੇ ਸਮੇ ਇਹ ਜਿਹੜਾ ਇਸ ਗੱਲ ਕਰਕੇ ਵੀ ਕੀਤਾ ਗਿਆ ਕਿ ਜਿਹੜੇ ਅਰਵਿੰਦ ਕੇਜਵਾਲ ਜਦ ਭਗਵੰਤ ਮਾਨ ਜਦੋਂ ਦੂਜੀਆਂ ਦੂਜੇ ਸੂਬਿਆਂ ਦੇ ਵਿੱਚ ਚੋਣਾਂ ਹੁੰਦੀਆਂ ਸੀਗੀਆਂ ਤਾਂ ਬਿਲਾ ਦੇ ਵੱਡੇ ਵੱਡੇ ਬੰਡਲ ਲੈ ਕੇ ਚੰਦੇ ਜਾਂਦੇ ਸੀਗੇ ਤੇ ਉੱਥੇ ਇਹ ਦਸਾਉਂਦੇ ਸੀਗੇ ਕਿ ਅਸੀਂ ਜ਼ੀਰੋ ਬਿੱਲ ਕਰ ਦਿੱਤਾ ਹੈ ਤੇ ਤਾਂ ਜੋ ਲੋਕਾਂ ਤੋਂ ਵੋਟਾਂ ਹਾਸਲ ਕੀਤੀ ਜਾਵੇ ਪਰ ਲੋਕਾਂ ਨੇ ਇਸ ਅਪੀਲ ਨੂੰ ਮੰਨਿਆ ਨਹੀਂ ਹੈ ਚਾਹੇ ਉਹ ਗੁਜਰਾਤ ਚੋਂ ਨਾ ਹੋਣ ਚਾਹੇ ਰਾਜਸਥਾਨ ਹੋਣ ਚਾਹੇ ਮੱਧ ਪ੍ਰਦੇਸ਼ ਹੋਣ ਚਾਹੇ ਛੱਤੀਸਗੜ੍ਹ ਹੋ ਕੋਈ ਵੀ ਸੂਬੇ ਦੇ ਲੋਕ ਮੁਫਤਰ ਉਹੜੀਆਂ ਨਹੀਂ ਪੜਦੇ ਉਹਨਾਂ ਨੂੰ ਪਤਾ ਹੈ ਜੇਕਰ ਅਸੀਂ ਇਸ ਤਰ੍ਹਾਂ ਦੀ ਸਬਸਿਡੀਆਂ ਦੰਦੇ ਆ ਤਾਂ ਉਹਦਾ ਭਾਰ ਵੀ ਪੰਜਾਬ ਦੇ ਜਿਹੜੇ ਹੈ ਸੂਬੇ ਦੇ ਉੱਤੇ ਪੈਂਦਾ ਹੈ ਤੇ ਆਰਥਿਕ ਜਿਹੜਾ ਹੈ ਕੋਈ ਵਿਕਾਸ ਨਹੀਂ ਹੁੰਦਾ ਪੰਜਾਬ ਦੇ ਵਿੱਚ ਤੁਸੀਂ ਦੱਸ ਦਿਓ ਪਿਛਲੇ 3 ਸਾਲਾਂ ਦੇ ਵਿੱਚ ਕਿਹੜਾ ਵਿਕਾਸ ਕਾਰਜ ਹੋਇਆ ਕੋਈ ਇੱਕ ਵਿਕਾਸ ਦੀ ਨਹੀਂ ਲੱਗੀ ਉਹਦਾ ਕਾਰਨ ਇਹ ਹੈ ਕਿ ਸਰਕਾਰ ਕੋਲ ਪੈਸਾ ਨਹੀਂ ਹੈਗਾ ਸੜਕਾਂ ਨਹੀਂ ਮੜ ਰਹੀਆਂ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਵੀ ਆਰਥਿਕ ਸਹਾਇਤਾ ਬੰਦ ਕੀਤੀ ਗਈ ਹੈ ਇਹ ਸਭ ਨੂੰ ਦੇਖਦੇ ਹੋਏ ਸਰਕਾਰ ਨੇ ਜੇਕਰ ਇਹ ਆਰਥਿਕ ਤੌਰ ਤੇ ਜਿਹੜੀਆਂ ਇਹ ਸਹੂਲਤਾ ਦੇਣ ਦੀਆਂ ਗੱਲਾਂ ਕੀਤੀਆਂ ਨੇ ਜਾਂ ਮਤਲਬ ਬਿਜਲੀ ਦੇ ਬਿੱਲ ਦੀ ਗੱਲ ਕੀਤੀ ਹੈ ਤੇ ਉਹਦੇ ਉਹ ਗੱਲ ਤਾਂ ਹਰਿਆਣਾ ਦੇ ਲੋਕਾਂ ਨੇ ਵੀ ਨਹੀਂ ਮੰਨੀ ਜਦ ਕਿ ਅਰਵਿੰਦ ਕੇਜਰੀਵਾਲ ਇਹ ਕਹਿੰਦੇ ਸੀਗੇ ਕਿ ਉਹ ਹਰਿਆਣੇ ਦੇ ਲਾਲ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਅਸੀਂ ਮੁਫਤ ਬਿਜਲੀ ਦੇ ਰਿਹਾ ਉਸੇ ਤਰੀਕੇ ਹਰਿਆਣੇ ਦੇ ਲੋਕਾਂ ਨੂੰ ਵੀ ਦਵਾਂਗੇ ਤੇ ਇਸੇ ਤਰੀਕੇ ਦੇ ਨਾਲ ਇਹ ਵੀ ਕਹਿ ਕੇ ਅਸੀਂ ਹਜ਼ਾਰ-ਹਜ਼ਾਰ ਰੁਪਏ ਆ ਮਹਿਲਾਵਾਂ ਨੂੰ ਦਵਾਂਗੇ ਜੇਕਰ ਲੋਕਾਂ ਨੇ ਇਹ ਗੱਲ ਮੰਨਣੀ ਹੁੰਦੀ ਤਾਂ ਕਾਂਗਰਸ ਨੇ 2-2000 ਰੁਪਏ ਮਹਲਾਵਾਂ ਨੂੰ ਦੇਣ ਦੀ ਗੱਲ ਕੀਤੀ ਸੀ ਪਰ ਲੋਕਾਂ ਨੇ ਹਰਿਆਣੇ ਦੇ ਲੋਕਾਂ ਨੇ ਇਹ ਗੱਲ ਨਹੀਂ ਮੰਨੀ ਉਹ ਕਹਿੰਦੇ ਆ ਕਿ ਸੂਬੇ ਦਾ ਵਿਕਾਸ ਹੋਣਾ ਚਾਹੀਦਾ ਤੇ ਇਹ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਅਸੀਂ ਚਲੋ ਮੰਨਦੇ ਆ ਇਹ ਆਰਥਿਕ ਸਲਾਹਕਾਰ ਆਏ ਨੇ ਪਰ ਆਰਥਿਕ ਸਲਾਹਕਾਰਾਂ ਨੇ ਜਿਹੜਾ ਹੈਗਾ ਪੰਜਾਬ ਨੂੰ ਮਜ਼ਬੂਤ ਕਰਨਾ ਆਰਥਿਕ ਤੌਰ ਤੇ ਇਹ ਨਾ ਹੋਵੇ ਕਿ ਉਹਨਾਂ ਦੇ ਨਾਂ ਦੇ ਉੱਤੇ ਦਿੱਲੀ ਮਜ਼ਬੂਤ ਹੋਵੇ ਜਿਹੜੀ ਆਮ ਆਦਮੀ ਪਾਰਟੀ ਮਜ਼ਬੂਤ ਹੁੰਦੀ ਹੋਵੇ ਤੇ ਤਾਂ ਜੋ ਦਿੱਲੀ ਦੀਆਂ ਚੋਣਾਂ ਲੜੀਆਂ ਜਾ ਸਕਣ ਇਸ ਗੱਲ ਕਰਕੇ ਲੋਕਾਂ ਦੇ ਵਿੱਚ ਬਹੁਤ ਸਾਰੇ ਸ਼ੰਕੇ ਨੇ ਜਿਸ ਤਰੀਕੇ ਦੇ ਨਾਲ ਲਗਾਤਾਰ ਇਹ ਨਿਯੁਕਤੀਆਂ ਹੋ ਰਹੀਆਂ ਨੇ ਉੱਥੋਂ ਇਹੀ ਲੱਗ ਰਿਹਾ ਹੈ ਕਿ ਪੰਜਾਬ ਦੇ ਉੱਤੇ ਦਿੱਲੀ ਭਾਰੂ ਹੋ ਚੁੱਕੀ ਹੈ ਇਸ ਤਿੱਕੇ ਨਾਲ ਸਲਾਹਕਾਰ ਆ ਰਹੇ ਨੇ ਇਸ ਤੋਂ ਇਲਾਵਾ ਇੱਕ ਹੋਰ ਖਬਰ ਵੀ ਹੁਣ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਦੀ ਉਥੋਂ ਇਹ ਪਤਾ ਲੱਗ ਰਿਹਾ ਹੈ ਕਿ ਪਾਰਟੀ ਇਸ ਸਮੇਂ ਹਿੰਦੂ ਚਿਹਰੇ ਨੂੰ ਚਾਹ ਰਹੀ ਹੈ ਕਿ ਪੰਜਾਬ ਦਾ ਪ੍ਰਧਾਨ ਬਣਾਇਆ ਜਾ ਸਕੇ ਤੇ ਭਗਵੰਤ ਮਾਨ ਇਸ ਸਮੇਂ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਤੇ ਪ੍ਰਿੰਸੀਪਲ ਬੁਧਰਾਮ ਕਾਰਕਾਰੀ ਪ੍ਰਧਾਨ ਚੱਲੇ ਆ ਰਹੇ ਨੇ ਤੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਕੋਲ ਉਹਨੀਆਂ ਸ਼ਕਤੀਆਂ ਹੀ ਦੀਆਂ ਗਈਆਂ ਜਿੰਨੀਆਂ ਹੋਣੀਆਂ ਚਾਹੀਦੀਆਂ ਨੇ ਇਸ ਗੱਲ ਕਰਕੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸੰਤੁਲਨ ਪੈਦਾ ਕਰਨ ਵਾਸਤੇ ਇਸ ਸਮੇ ਜਿਹੜਾ ਹਿੰਦੂ ਚਿਹਰੇ ਨੂੰ ਪ੍ਰਧਾਨ ਬਣਾ ਸਕਦੀ ਹੈ ਇਸ ਤੋਂ ਇਲਾਵਾ ਇਸ ਤਰ੍ਹਾਂ ਦੀ ਖਬਰਾਂ ਆ ਰਹੀਆਂ ਨੇ ਕਿ ਜਿੰਨੇ ਵੀ ਮੰਤਰੀ ਨੇ ਉਨ੍ਹਾਂ ਦੇ ਨਾਲ OST ਲਗਾਏ ਜਾਣਗੇ ਨਾਲ ਨਾਲ ਸਲਾਹਕਾਰ ਵੀ ਨਿਯੁਕਤ ਕੀਤੇ ਜਾਣਗੇ ਹੁਣ ਇਹ ਜਿਹੜੇ OST ਲਗਾਏ ਜਾਂਦੇ ਨੇ ਜਾਂ ਸਲਾਹਕਾਰ ਨਿਯੁਕਤ ਕੀਤੇ ਜਾਣਗੇ ਇਹ ਕਿੱਥੋਂ ਦੇ ਹੋਣਗੇ ਦਿੱਲੀ ਦੇ ਹੋਣਗੇ ਜਾਂ ਪੰਜਾਬ ਦੇ ਹੋਣਗੇ ਇਹ ਵੀ ਬਹੁਤ ਵੱਡਾ ਪ੍ਰਸ਼ਨ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਹੁਣ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਪਰਸੈਪਸ਼ਨ ਬਣਦੀ ਹੈ ਲੋਕਾਂ ਦੇ ਵਿੱਚ ਇਸ ਪਾਰਟੀ ਨੂੰ ਲੈ ਕੇ ਰਾਏ ਬਣਦੀ ਜਾ ਰਹੀ ਆ ਉਹ ਇਹੀ ਹੈ ਕਿ ਦਿੱਲੀ ਇਸ ਸਮੇਂ ਪੰਜਾਬ ਦੇ ਉੱਤੇ ਕਾਬਜ਼ ਹੋ ਰਹੀ ਆ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਤੋਂ ਅਸਤੀਫਾ ਦੇ ਦਿੱਤਾ ਉਹ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਇਸ ਸਮੇਂ ਪੰਜਾਬ ਦੇ ਉੱਤੇ ਕਾਬਜ਼ ਹੁੰਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਵੱਲੋਂ ਆਪਣੇ ਟੀਮ ਦੇ ਲੋਕਾਂ ਨੂੰ ਲਗਾਤਾਰ ਨਿਯੁਕਤ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਉੱਤੇ ਸਿਕੰਜਾ ਕਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਨਾਲ ਜਿਵੇਂ ਹੁਣ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਇਸ OSD ਲਗਾਏ ਜਾਣਗੇ ਸਲਾਹਕਾਰ ਲਗਾਏ ਜਾਣਗੇ ਤੇ ਉਹਨਾਂ ਦਾ ਮਕਸਦ ਕੀ ਹੋਏਗਾ ਇਹ ਆਪਣੇ ਆਪ ਵਿੱਚ ਬਹੁਤ ਸਾਰਾ ਸਵਾਲ ਖੜਾ ਹੋ ਚੁੱਕਾ ਹੈ ਤੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਇਸ ਪਿੱਛੇ ਕਾਰਨ ਇਹੀ ਨਜ਼ਰ ਆ ਰਿਹਾ ਹੈ ਕਿ ਦਿੱਲੀ ਦੇ ਵਿੱਚ ਚੋਣਾਂ ਨੇ ਆਮ ਆਦਮੀ ਪਾਰਟੀ ਕੋਲ ਉਹਨਾਂ ਪੈਸਾ ਨਹੀਂ ਹੈਗਾ ਜਿਨ੍ਹਾਂ ਜਿਹੜਾ ਹੈਗਾ ਦਿੱਲੀ ਦੀ ਚੋਣ ਲੜਨ ਵਾਸਤੇ ਕੀ ਪੰਜਾਬ ਦੇ ਵਿੱਚ ਇਹ ਸਾਰਾ ਪੈਸਾ ਇਕੱਠਾ ਕੀਤਾ ਜਾਊਗਾ ਇਹ ਬਹੁਤ ਵੱਡਾ ਪ੍ਰਸ਼ਨ ਹੈ ਪੰਜਾਬ ਦੇ ਲੋਕਾਂ ਨੂੰ ਅੱਜ ਬਹੁਤ ਵੱਡੀ ਅਸੁਵਿਧਾ ਹੋਣ ਵਾਲੀ ਹੈ ਉਹਦਾ ਕਾਰਨ ਇਹ ਹੈ ਕਿ ਕਿਸਾਨ ਯੂਨੀਅਨ ਵੱਲੋਂ 12 ਵਜੇ ਬੰਦ ਕੀਤਾ ਜਾਊਗਾ ਤੇ 3 ਘੰਟੇ ਤੱਕ ਚੱਲੇਗਾ ਤੇ ਇਹਨਾਂ ਸੰਯੁਕਤ ਕਿਸਾਨ ਮੋਰਚਾ ਦੇ ਨਾਲ ਨਾਲ ਰਾਈਸ ਮਿਲਰਸ ਤੇ ਆਰਟੀਆਂ ਨੇ ਵੀ ਇਸ ਬੰਦ ਦਾ ਸਮਰਥਨ ਕੀਤਾ ਹੈ ਉਦੇ ਪਿੱਛੇ ਕਾਰਨ ਇਹੀ ਹੈ ਕਿ ਝੋਨੇ ਦੀ ਜਿਹੜੀ ਖਰੀਦਦਾ ਹੈ ਉਹ ਸਮੇਂ ਸਿਰ ਨਹੀਂ ਹੋ ਰਹੀ ਕਿਸਾਨ ਇਸ ਵੇ ਮੰਡੀਆਂ ਦੇ ਵਿੱਚ ਰੋੜ ਰਹੇ ਨੇ ਤੇ ਭਗਵੰਤਬਾਹ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਇਹ ਝੋਨਾ ਦਾ ਦਾਣਾ-ਦਾਣਾ ਖਰੀਦ ਰਹੇ ਹਾਂ ਤੇ ਛੇਤੀ ਹੀ ਅਸੀਂ ਸਾਰੇ ਦਿਸਾਰਾ ਝੋਨਾ ਖਰੀਦ ਲਵਾਂਗੇ ਪਰ ਜਿਸ ਤਰੀਕੇ ਦੇ ਨਾਲ ਇਸ ਸਮੇਂ ਪੰਜਾਬ ਦੇ ਹਾਲਾਤ ਚੱਲ ਰਹੇ ਨੇ ਪੰਜਾਬ ਦੀ ਮੰਡੀਆਂ ਦੇ ਹਾਲਾਤ ਚੱਲ ਰਹੇ ਨੇ ਉਸ ਨੂੰ ਦੇਖਦੇ ਹੋਏ ਕਾਫੀ ਜ਼ਿਆਦਾ ਕਿਸਾਨ ਬੇਚੈਨ ਨਜ਼ਰ ਆ ਰਹੇ ਨੇ ਤੇ ਉਹਨਾਂ ਨੂੰ ਇਹ ਚਿੰਤਾ ਹੈ ਕਿ ਇਹ ਝੋਨਾ ਕਦੋਂ ਖਰੀਦਿਆ ਜਾਵੇਗਾ ਇਸ ਸਬੰਧ ਵਿੱਚ ਜਿਹੜੇ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੇ ਸੜਕਾਂ ਰੋਕੀਆਂ ਜਾ ਰਹੀਆਂ ਨੇ ਜਿਹੜਾ ਅਗਰਾਹ ਗਰੁੱਪ ਹੈ ਉਸ ਵੱਲੋਂ ਰੇਲਵੇ ਟ੍ਰੈਕ ਵੀ ਰੁਕੇ ਜਾ ਰਹੇ ਨੇ ਪਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਸਲ ਦੇ ਵਿੱਚ ਜਿਹੜੀ ਦਿੱਲੀ ਤੋਂ ਰਿਪੋਰਟ ਆਈ ਹੈ ਉਸ ਦੇ ਵਿੱਚ ਇਹ ਪਤਾ ਲੱਗਾ ਕਿ ਝੋਨਾ ਇਸ ਗੱਲ ਕਰਕੇ ਘੱਟ ਖਰੀਦਿਆ ਜਾ ਰਿਹਾ ਹੈ ਕਿਉਂਕਿ ਉਸ ਦੇ ਵਿੱਚ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਹੈ ਇੱਕ ਜਿਹੜੀ ਸਟੈਂਡਰਡ ਹੈ ਉਸ ਅਨੁਸਾਰ 17 ਜਿਹੜਾ ਹੈਗਾ ਪਰਸੈਂਟ ਜਿਹੜਾ ਹੈਗਾ ਨਮੀ ਨੂੰ ਨਮੀ ਦੇ ਨਾਲ ਝੋਨਾ ਖਰੀਦਿਆ ਜਾ ਸਕਦਾ ਹੈ ਪਰ ਇਸ ਸਮੇਂ ਝੋਨੇ ਦੇ ਵਿੱਚ ਤਕਰੀਬਨ 24 ਤੋਂ 25 ਤੋਂ ਵੀ ਜ਼ਿਆਦਾ ਪ੍ਰਤੀਸ਼ਤ ਨਮੀ ਪਾਈ ਜਾ ਰਹੀ ਹੈ ਤੇ ਸਰਕਾਰ ਚਾਹੁੰਦੀ ਹੈ ਕਿ ਜਦ ਤੱਕ ਇਹ 17 ਪ੍ਰਤੀਸ਼ਤ ਨਹੀਂ ਪਹੁੰਦੀ ਉਦੋਂ ਤੱਕ ਇਹ ਝੋਨਾ ਨਹੀਂ ਖਰੀਦਿਆ ਜਾਵੇਗਾ ਪਰ ਦੂਜੇ ਪਾਸੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਰਕਾਰ ਨੇ ਇਸ ਵਾਰ ਜਿਹੜਾ ਘੱਟੋ-ਘੱਟ ਸਮਰਥਨ ਮੁੱਲ ਦੇ ਉੱਤੇ 485 ਲੱਖ ਟਨ ਤੋਂ ਨਾ ਖਰੀਦਣਾ ਜਿਹੜਾ ਕਿ ਪਿਛਲੇ ਸਾਲ ਦੇ ਲਾਉਣ ਜਿਹੜਾ 22 ਲੱਖ ਟਨ ਜ਼ਿਆਦਾ ਹੈ ਤੇ ਇਸ ਸਮੇਂ ਇਹ ਸਥਿਤੀ ਸਿਰਫ ਪੰਜਾਬ ਦੇ ਵਿੱਚ ਨਹੀਂ ਹੈ ਹਰਿਆਣਾ ਹਿਮਾਚਲ ਤੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਝੋਨਾ ਨਹੀਂ ਖਰੀਦੇ ਜਾ ਰਿਹਾ ਉਹਦਾ ਕਾਰਨ ਇਹੀ ਹੈ ਕਿ ਝੋਨੇ ਦੇ ਵਿੱਚ ਨਮੀ ਜ਼ਿਆਦਾ ਉਹਦਾ ਪਿੱਛੇ ਇਹ ਵੀ ਕਾਰਨ ਹੈ ਕਿ ਜਿਹੜੀ ਇਸ ਵਾਰ ਦੀ ਮੌਨਸੂਨ ਹੈ ਉਹ ਲੇਟ ਹੋਈ ਲੇਟ ਹੋਣ ਕਰਕੇ ਜਿਹੜੇ ਝੋਨਾ ਦੇਰੀ ਨਾਲ ਕੱਟਿਆ ਗਿਆ ਦੇਰੀ ਨਾਲ ਕਟਣ ਕਰਕੇ ਉਸ ਦੇ ਵਿੱਚ ਨਮੀ ਜ਼ਿਆਦਾ ਹੈ ਤੇ ਨਮੀ ਨੂੰ ਉਹ ਜਦ ਤੱਕ 17% ਤੱਕ ਨਹੀਂ ਆਉਂਦੀ ਜਾਂ ਸਰਕਾਰ ਇਸ ਸਬੰਧ ਵਿੱਚ ਕੋਈ ਹੋਰ ਫੈਸਲਾ ਲਾਤੀ ਹੈ ਤਾਂ ਹੀ ਇਹ ਝੋਨੇ ਦੀ ਖਰੀਦ ਹੋ ਸਕਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਗਿੱਦੜਵਹਾ ਵਿਧਾਨ ਸਭਾ ਸੀਟ ਇਹ ਇਸ ਵਿੱਚ ਸਭ ਤੋਂ ਜ਼ਿਆਦਾ ਹੌਟ ਸੀਟ ਮੰਨੀ ਜਾ ਰਹੀ ਹੈ ਹਾਲਾਂਕਿ ਅੱਜ ਇਹਨਾਂ ਜਿਮਲੀ ਚੋਣਾਂ ਦਾ ਐਲਾਨ ਨਹੀਂ ਹੋਇਆ ਜਿਹੜੇ 4 ਥਾਵਾਂ ਦੇ ਤੇ ਇਹ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਬਰਨਾਲਾ ਕਿਉਂਕਿ ਇੱਥੇ ਮੀਤ ਹੈਰ ਚੋਣ ਲੜ ਕੇ ਗਏ ਸੀ ਲੜ ਕੇ ਲੋਕ ਸਭਾ ਵਿੱਚ ਪਹੁੰਚ ਗਏ ਨੇ ਗਿੱਦੜਵਾਹ ਸੀਟ ਇਸ ਗੱਲ ਕਰਕੇ ਖਾਲੀ ਹੋਈ ਹੈ ਕਿਉਂਕਿ ਇੱਥੇ ਰਾਜਾ ਬੜਿੰਗ ਜਿਹੜੇ ਵਿਧਾਇਕ ਸੀਗੇ ਉਹ ਲੁਧਿਆਣਾ ਲੋਕ ਸਭਾ ਸੀਟ ਤੋਂ ਚੋਣ ਜਿੱਤ ਕੇ ਚਲੇ ਗਏ ਨੇ ਸੁਖਜਿੰਦਰ ਰਣਜਾਵਾ 20 ਲੋਕ ਸਵਾਲ ਦੇ ਵਿੱਚ ਰਗੇ ਨੇ ਤੇ ਡੇਰਾ ਬਾਬਾ ਨਾਨਕ ਦੀ ਸੀਟ ਖਾਲੀ ਹੋਈ ਪਈ ਹੈ ਇਸੇ ਤਰੀਕੇ ਦੇ ਨਾਲ ਚੱਬੇਵਾਲ ਦੀ ਸੀਟ ਖਾਲੀ ਹੋਇਆ ਰਾਜਕਮਰ ਚੱਬੇਵਾਲ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਇਹ ਇਸੇ ਤਿੱਕੇ ਨਾਲ ਇੱਕ ਸੀਟ ਹੋਰ ਵੀ ਖਾਲੀ ਹੋ ਸਕਦੀ ਹੈ ਉਹ ਡਾਕਟਰ ਸੁਖੀ ਵਾਲੀ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਨੇ ਖੈਰ ਇਹ ਇਹਨਾਂ ਜਿਹੜੀ ਖਾਸ ਤੌਰ ਤੇ ਗਿੱਦੜਵਾਹਾ ਸੀਟ ਇਸ ਗੱਲ ਕਰਕੇ ਜ਼ਿਆਦਾ ਫੋਕਸ ਦੇ ਵਿੱਚ ਹੈ ਉਹਦਾ ਕਾਰਨ ਇਹ ਹੈ ਕਿ ਇਹ ਸੀਟ ਲੰਬੇ ਸਮੇਂ ਤੱਕ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੇ ਨਾਲ ਜੁੜੀ ਰਹੀ ਹੈ ਇੱਥੋਂ ਹੀ ਮਨਪ੍ਰੀਤ ਸਿੰਘ ਬਾਦਲ ਚੋਣ ਲੜ ਕੇ ਸਿਆਸਤ ਵਿੱਚ ਦਾਖਲ ਹੋਈ ਸੀਗੀ ਇਸ ਸਮੇਂ ਜਿਹੜਾ ਬਾਦਲ ਬਾਦਲ ਗਰੁੱਪ ਵੱਲੋਂ ਜਿਹੜੇ ਪੋਸਟਰ ਲਗਾਏ ਜਾ ਰਹੇ ਨੇ ਉਹਨਾਂ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਲਗਾਈ ਜਾ ਰਹੀ ਹੈ ਤੇ ਬਾਪੂ ਬਾਦਲ ਦੇ ਨਾਂ ਦੇ ਉੱਤੇ ਉਥੇ ਵੋਟਾਂ ਮੰਗੀ ਜਾ ਰਹੀ ਹਲੇ ਤੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ 1995 ਦੇ ਵਿੱਚ ਅਕਾਲੀ ਦਰ ਨੂੰ ਇਹ ਸੀਟ ਜਿਤਾਈ ਸੀ ਉਸੇ ਤਰੀਕੇ ਨਾਲ ਹੁਣ ਇਹ ਸੀਟ ਵੀ ਅਕਾਲੀ ਦਲ ਨੂੰ ਜਿਤਾਈ ਜਾਵੇ ਪਰ ਅਕਾਲੀ ਦਲ ਦੇ ਲਈ ਬਹੁਤ ਵੱਡੀਆਂ ਸਮੱਸਿਆਵਾਂ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਪਿਛਲੇ 2017 ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਦਾ ਜਿਹੜਾ ਹਾਲ ਹੈ ਉਹ ਬਹੁਤ ਹੀ ਮਾੜਾ ਹੋ ਚੁੱਕਿਆ ਹੈ ਲਗਾਤਾਰ ਜਿੰਨੀਆਂ ਵੀ ਚੋਣਾਂ ਹੋ ਰਹੀਆਂ ਨੇ ਅਕਾਲੀ ਦਲ ਨੂੰ ਸਤਿਕਾਰਯੋਗ ਥਾਂ ਨਹੀਂ ਮਿਲ ਰਿਹਾ ਹੈ ਜਿਹੜੀਆਂ ਆਪਾਂ ਹਾਲ ਹੀ ਦੀਆਂ ਲੋਕ ਸਭਾ ਚੋਣਾਂ ਦੇਖੀਏ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀਆਂ ਹੈਗੀਆਂ ਉਹਦੇ ਵਿੱਚ ਸਿਰਫ ਇੱਕ ਸੀਟ ਜਿੱਤੀ ਗਈ ਉਹ ਜਿਹੜੀ ਬਠਿੰਡੇ ਦੀ ਸੀਟ ਸੀ ਬਾਕੀ ਸੀਟਾਂ ਦੇ ਉੱਤੇ ਅਕਾਲੀ ਲਲ ਦਾ ਬਹੁਤ ਜ਼ਿਆਦਾ ਮਾੜਾ ਹਸ਼ਰ ਹੋਇਆ ਦੂਜੀ ਚੁਣੌਤੀ ਇਹ ਹੈ ਕਿ ਜਿਹੜੀ ਪਹਿਲੀ ਚੁਣੌਤੀ ਇਹੀ ਹੈ ਕਿ ਬੇਅਦਬੀ ਦੇ ਕਾਰਨਾ ਕਰਕੇ ਅਕਾਲੀ ਲਲ ਨੂੰ ਹਾਲੇ ਤੱਕ ਲੋਕਾਂ ਨੇ ਮਾਫੀ ਨਹੀਂ ਕੀਤਾ ਇਸ ਤੋਂ ਇਲਾਵਾ ਅਕਾਲੀ ਦਲ ਦੇ ਲੀਡਰਸ਼ਿਪ ਨੇ ਇਹੀ ਗੱਲ ਪ੍ਰਮਾਨ ਕੀਤੀ ਹੈ ਕਿ ਪਿਛਲੇ ਸਮੇਂ ਦੌਰਾਨ ਅਸੀਂ ਬਹੁਤ ਜ਼ਿਆਦਾ ਗਲਤੀਆਂ ਕੀਤੀਆਂ ਭੁੱਲਾ ਕੀਤੀਆਂ ਜਦੋਂ ਅਸੀਂ ਸੱਤਾ ਦੇ ਵਿੱਚ ਹੁੰਦੇ ਸੀਗੇ ਸਭ ਤੋਂ ਪਹਿਲੀ ਪਹਿਲ ਗਲਤੀ ਇਹ ਲਈ ਕਿ ਅਕਾਲੀ ਦਲ ਦੇ ਤੋਂ ਬਾਗੀ ਹੋ ਕੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਪ੍ਰੇਮ ਸਿੰਘ ਚੰਦੂਬਲਜਰਾ ਦਾ ਨਾਮ ਲਿਆ ਜਾ ਸਕਦਾ ਹੈ ਸੁਖਦੇਵ ਸਿੰਘ ਢੀਂਡਸਾ ਦਾ ਨਾਮ ਦਿਆ ਜਾ ਸਕਦਾ ਤੇ ਹੋਰ ਜਿਹੜੇ ਲੀਡਰ ਸੀਗੇ ਉਹ ਅਕਾਲ ਤਖਤ ਦੇ ਉੱਤੇ ਪੇਸ਼ ਹੋਏ ਤੇ ਉਹਨਾਂ ਨੇ ਕਿਹਾ ਕਿ ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਸੀਗਾ ਤਾਂ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਸਮੇਸ਼ ਸੈਣੀ ਵੀ ਐ ਇਸ ਤੋਂ ਇਲਾਵਾ ਹੋਰ ਜਿਹੜੇ ਪੁਲਿਸ ਵਾਲੇ ਅਕਾਲੀ ਦਲ ਦੇ ਵਿੱਚ ਵੀ ਸ਼ਮੂਲੀਅਤ ਉਹਨਾਂ ਨੇ ਸ਼ਾਮਲ ਕੀਤਾ ਗਿਆ ਬਹੁਤ ਸਾਰੀਆਂ ਗਲਤੀਆਂ ਹੋਈਆਂ ਨੇ ਤੇ ਇਸ ਵਰਜ ਵਿੱਚ ਸੁਖਬੀਰ ਸਿੰਘ ਬਾਦਲ ਨੇ ਵੀ ਗਲਤੀ ਪ੍ਰਵਾਨ ਕੀਤੀ ਹੈ ਅਕਾਲ ਤਖਤ ਦੇ ਉੱਤੇ ਪੇਸ਼ ਹੋਏ ਤੇ ਉਹਨਾਂ ਨੇ ਲਿਖ ਕੇ ਕਿਹਾ ਕਿ ਉਸ ਸਮੇਂ ਦੌਰਾਨ ਜਿੰਨੀਆਂ ਵੀ ਗਲਤੀਆਂ ਹੋਈਆਂ ਨੇ ਉਹ ਉਹ ਆਪਣੀ ਝੋਲੀ ਦੇ ਵਿੱਚ ਇਹ ਪਾਉਂਦੇ ਨੇ ਇਸ ਗੱਲ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ ਤੇ ਤਨਖਾਹਿਆ ਕਰਾਰ ਦੇਣ ਕਰਕੇ ਹਾਲੇ ਤੱਕ ਉਹਨਾਂ ਨੂੰ ਤਨਖਾਹ ਨਹੀਂ ਲਈ ਗਈ ਜਿਹੜੀ ਧਾਰਮਿਕ ਸਜ਼ਾ ਹਾਲੇ ਤੱਕ ਨਹੀਂ ਲਗਾਈ ਗਈ ਇਸ ਗੱਲ ਕਰਕੇ ਅਕਾਲੀ ਦਲ ਇਹ ਚਾਹੁੰਦਾ ਹੈ ਕਿ ਕੋਈ ਨਾ ਕੋਈ ਜਿਹੜਾ ਹੈ ਸਜ਼ਾ ਲਗਾਈ ਜਾਵੇ ਤਾਂ ਜੋ ਇੱਕ ਪਾਸਾ ਹੋ ਸਕੇ ਤੇ ਉਸ ਇਸੇ ਤਰੀਕੇ ਦੇ ਨਾਲ ਜਿਹੜੇ ਖਾਸ ਤੌਰ ਤੇ ਅਕਾਲੀ ਦਲ ਸੁਧਾਰ ਦੇ ਲੀਡਰ ਨੇ ਉਹ ਵੀ ਹੁਣ ਬੜੇ ਬੇਚੈਨ ਨਜ਼ਰ ਆ ਰਹੇ ਨੇ ਵੀ ਕੋਈ ਨਾ ਕੋਈ ਫੈਸਲਾ ਤਾਂ ਹੋ ਜਾਣਾ ਚਾਹੀਦਾ ਹੈ ਤੇ ਦੂਜੇ ਪਾਸੇ ਅਕਸ਼ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜ਼ਥੇਦਾਰ ਨੇ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਹਾਲ ਤੱਕ ਕੋਈ ਫੈਸਲਾ ਨਹੀਂ ਲਿਆ ਤੇ ਇਹ ਵੀ ਇੱਕ ਚੁਣੌਤੀ ਹੈ ਤੇ ਦੂਜੀ ਇੱਕ ਚੁਣੌਤੀ ਅਕਾਲੀ ਦਲ ਲਈ ਇਹ ਵੀ ਹੈ ਕਿ ਜਦੋਂ-ਜਦੋਂ ਉਹ ਚੋਣਾਂ ਜਿੱਤਦੇ ਰਹੇ ਨੇ ਜੇ ਆਪਾਂ 1995 ਦੀ ਗੱਲ ਨਹੀਂ ਕਰਦੇ ਤੇ ਉਹ ਉਦੋਂ-ਉਦੋਂ ਅਕਾਲੀ ਦਲ ਦੀ ਸਰਕਾਰ ਵੀ ਰਹੀ ਹੈ ਪਿਛਲੇ ਸਾਲੇ ਤੋਂ ਰਾਜਾ ਵੜਿੰਗ ਇੱਥੋਂ ਜਿੱਤਦੇ ਰਹੇ ਨੇ ਤੇ ਹੁਣ ਦੇਖਦੇ ਆ ਕਿ ਅਕਾਲੀ ਦਲ ਇਸ ਚੋਣ ਦੇ ਵਿੱਚ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਦਿਖਾ ਰਿਹਾ ਹੈ ਹੌਟ ਸੀਟ ਇਸ ਗੱਲ ਕਰਕੇ ਬਣੀ ਜਾਂ ਬਣ ਰਹੀ ਹੈ ਕਿ ਅਕਾਲੀ ਦਲ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਵੀ ਚੋਣ ਮੈਦਾਨ ਵਿੱਚ उतारे ਜਾਣ ਦੀ ਚਰਚਾ ਹੈ ਕਿਉਂਕਿ ਇੱਥੇ ਜਿਹੜੇ ਡਿੰਪੀ ਢਿੱਲੋਂ ਸੀਗੇ ਜਿਨ੍ਹਾਂ ਦੇ ਚੋਣ ਲੜਨ ਦੀ ਬਹੁਤ ਵੱਡੀ ਸੰਭਾਵਨਾ ਸੀਗੀ ਉਹ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਨੇ ਤੇ ਇਹ ਵੀ ਅਕਾਲੀ ਲਲ ਲਈ ਬੜੀ ਵੱਡੀ ਚੜ੍ਹਤ ਹੈ ਦੂਜੇ ਪਾਸੇ ਇਹ ਆ ਬਰਪਰੀ ਸਿੰਘ ਬਾਦਲ ਜਿਹੜੇ ਕਿ ਬਾਦਲ ਪਰਵਾਰ ਦਾ ਹਿੱਸਾ ਰਹੇ ਪਰ ਹੁਣ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਨੇ ਤੇ ਉਹਨਾਂ ਵੱਲੋਂ ਵੀ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਨੂੰ ਚੋਣ ਲੜਾਈ ਜਾਣ ਦੀ ਕਾਫੀ ਸੰਭਾਵਨਾ ਬਣੀ ਹੋਈ ਹੈ ਇਸੇ ਤਰ੍ਹਾਂ ਰਾਜਾ ਵੜਿੰਗ ਜਿਹੜੇ ਕਿ ਇੱਥੇ ਦੇ ਵਿਧਾਇਕ ਸੀਗੇ ਉਹਨਾਂ ਦੀ ਧਰਮ ਪਤਨੀ ਅਮਰਤਾ ਵੜਿੰਗ ਵੀ ਚੋਣ ਲੜ ਸਕਦੇ ਨੇ ਕਿਉਂਕਿ ਕਿਉਂਕਿ ਇਹ ਉਹਨਾਂ ਦਾ ਇਲਾਕਾ ਹੈ ਤੇ ਅਮਰਤਾ ਵੜਿੰਗ ਪਹਿਲਾਂ ਵੀ ਸਿਆਸੀ ਤੌਰ ਤੇ ਸਰਗਰਮ ਰਹੇ ਨੇ ਰਾਜਾ ਵੜਿੰਗ ਦੀ ਚੋਣ ਮਹਿੰਮ ਨੂੰ ਤੇਜ਼ ਕਰਦੇ ਰਹੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਹੁਣ ਡਿੰਪੀ ਢਿੱਲੋਂ ਨੇ ਡਿੰਪੀ ਢਿੱਲੋਂ ਦੀ ਸਥਿਤੀ ਕਾਫੀ ਜ਼ਿਆਦਾ ਦੁਬਦੌਜਨਕ ਬਣ ਚੁੱਕੀ ਹੈ ਭਗਵੰਤ ਮਾਨ ਨੇ ਜਦੋਂ ਡੀਪੀ ਢਿੱਲੋਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਸੀਗਾ ਤਾਂ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਨੂੰ ਗੱਦੜਵਾਹਾ ਦੇ ਉਮੀਦਵਾਰ ਹੋਣਗੇ ਪਰ ਹੁਣ ਹਾਲਾਤ ਕੁਝ ਬਦਲ ਗਏ ਨੇ ਤੇ ਇਸ ਸਮੇਂ ਆਮ ਆਦਮੀ ਪਾਰਟੀ ਦੀ ਥੀ ਜਿਹੜੀ ਕਮਾਨ ਹੈ ਉਹ ਅਰਵਿੰਦ ਕੇਜਰੀਵਾਲ ਨੇ ਸੰਭਾਲੀ ਹੋਈ ਹੈ ਤੇ ਉਹ ਪੰਜਾਬ ਦੇ ਵਿੱਚ ਨਵੇਂ-ਨਵੇਂ ਬਦਲਾਅ ਕਰ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਇਸ ਗੱਲ ਲਈ ਰਾਜੀ ਹੋਣਗੇ ਕਿ ਡਿਪਟੀ ਡਿਟਰ ਨੂੰ ਚੋਣ ਲੜਾਈ ਜਾਵੇ ਜਾਂ ਕਿਸੇ ਹੋਰ ਜਿਹੜੇ ਹੈਗੇ ਆ ਖਾਸ ਤੌਰ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਪੁਰਾਣੀ ਲੀਡਰ ਨੇ ਉਹਨਾਂ ਨੂੰ ਚੋਣ ਲਗਾਈ ਇਸ ਗੱਲ ਕਰਕੇ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਆ ਕਿ ਗਿੱਦੜਵਾਹਾ ਦੀ ਜਿਹੜੀ ਲੋਕ ਵਿਧਾਨ ਸਭਾ ਸੀਟ ਹੈ ਸਭ ਤੋਂ ਜ਼ਿਆਦਾ ਇਸ ਸਮੇਂ ਹੌਟ ਸੀਟ ਬਣ ਚੁੱਕੀ ਹੈ ਜਦੋਂ ਇਸ ਚੋਣ ਦਾ ਐਲਾਨ ਹੋਊਗਾ ਉਦੋਂ ਪਤਾ ਲੱਗੂਗਾ ਕਿ ਕੌਣ ਕੌਣ ਮੈਦਾਨ ਵਿੱਚ ਆਉਂਦਾ ਪਰ ਫਿਰ ਵੀ ਇਹ ਇਸ ਦੇ ਉੱਤੇ ਸਭ ਤੋਂ ਜ਼ਿਆਦਾ ਨਿਗਾਹ ਰਹੇਗੀ ਹੁਣ ਆਪਾਂ ਇੱਕ ਵਿਦੇਸ਼ ਦੀ ਗੱਲ ਕਰਦੇ ਆ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਭਾਰਤ ਦੇ ਜਿਹੜੇ ਲੋਕ ਨੇ ਵਿਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰਨ ਜਾਂਦੇ ਆ ਜਿਹੜੇ ਤਾਂ ਅਮੀਰ ਨੇ ਜਿਹੜੇ ਪੈਸੇ ਖਰਚ ਸਕਦੇ ਨੇ ਉਹ ਤਾਂ ਕੈਨੇਡਾ ਚਲੇ ਜਾਂਦੇ ਨੇ ਯੂ ਐਸ ਏ ਚਲੇ ਜਾਂਦੇ ਨੇ ਨਿਊਜ਼ੀਲੈਂਡ ਚਲੇ ਜਾਂਦੇ ਨੇ ਜਾਂ ਹੋਰ ਦੇਸ਼ਾਂ ਦੇ ਵਿੱਚ ਚਲੇ ਜਾਂਦੇ ਨੇ ਪਰ ਜਿਹੜੇ ਮਧ ਵਰਕ ਦੇ ਨੇ ਥੋੜਾ ਪੈਸਾ ਖਰਚ ਪਾਉਂਦੇ ਨੇ ਤੇ ਉਹਨਾਂ ਨੂੰ ਰੋਜ਼ਗਾਰ ਦੀ ਵੀ ਲੋੜ ਹੈ ਉਹ ਮਿਡਲ ਈਸਟ ਵਿੱਚ ਜਾਂਦੇ ਨੇ ਹੁਣ ਯੂਏਈ ਸੰਯੁਕਤ ਸੰਯੁਕਤ ਅਰਬ ਅਮੀਰਾਤ ਉੱਥੇ ਦੀ ਜਿਹੜੀ ਸਰਕਾਰ ਹੈ ਉਸ ਨੇ ਇਹ ਕਿ ਹੈ ਕਿ ਜਿਹੜੇ ਗੈਰ ਕਾਨੂੰਨੀ ਨੇ ਜਾਂ ਬਿਨਾ ਦਸਤਾਵੇਜ਼ ਦੇ ਵਿੱਚ ਬੈਠੇ ਨੇ ਉਹ 30 ਅਕਤੂਬਰ ਤੱਕ ਆਪਣੇ ਇਹਨਾਂ ਦਸਤਾਵੇਜ਼ਾਂ ਨੂੰ ਪੂਰਾ ਕਰਾਓ ਨਹੀਂ ਤਾਂ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਜਾਊਗਾ ਯੂਏਈ ਦੇ ਵਿੱਚ तकरीबन 3 ਲੱਖ ਭਾਰਤੀ ਨੇ ਉਹਨਾਂ ਨੂੰ ਹੁਣ ਡਰ ਸਤਾਰਿਆ ਕਿ ਕਿਤੇ ਉਹਨਾਂ ਨੂੰ ਡਿਪੋਰਟ ਨਾ ਕਰ ਦਿੱਤਾ ਜਾਵੇ ਇਹ ਵੀ ਹੈ ਆਪਣੇ ਵਿੱਚ ਮਹੱਤਵਪੂਰਨ ਖਬਰ ਹੈ ਤੇ ਹੁਣ ਉਹਦਾ ਕਾਰਨ ਇਹੀ ਹੈ ਕਿ ਖਾਸ ਤੌਰ ਤੇ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ ਉਧਰਲੇ ਪਾਸੇ ਕੈਨੇਡਾ ਤੋਂ ਬੜੀਆਂ ਮੰਦਭਾਗੀ ਖਬਰਾਂ ਆ ਰਹੀਆਂ ਨੇ ਕਿ ਉੱਥੇ ਦੇ ਨੌਜਵਾਨਾਂ ਨੂੰ ਡਿਪੋਰਟ ਹੋ ਕੀਤਾ ਜਾ ਸਕਦਾ ਹੈ ਉਹ ਇਸ ਸਮੇਂ ਸੰਘਰਸ਼ ਕਰ ਰਹੇ ਨੇ ਧਰਨਿਆਂ ਦੇ ਉੱਤੇ ਬੈਠੇ ਨੇ ਇਹ ਸਭ ਕੁਝ ਬੜਾ ਚੱਲ ਰਿਹਾ ਹੈ ਕਿਉਂਕਿ ਇਸ ਨੂੰ ਲੈ ਕੇ ਜਿਹੜੇ ਮਾਪੇ ਨੇ ਉਹ ਕਾਫੀ ਜ਼ਿਆਦਾ ਚਿੰਤਤ ਨੇ ਕਿ ਕਿਤੇ ਉਹਨਾਂ ਦੇ ਬੱਚਿਆਂ ਨੂੰ ਰਿਪੋਰਟ ਨਾ ਕੀਤਾ ਜਾ ਸਕੇ ਕਰ ਦਿੱਤਾ ਜਾਵੇ ਇਸ ਤੋਂ ਇਲਾਵਾ ਇੱਕ ਬੜੀ ਦਿਲਚਸਪ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਕਿ ਕੱਲ ਸਾਰਾ ਦਾ ਤਿਹਾੜੀ ਸੀਗਾ ਜਿਹੜਾ ਅਸੀਂ ਹਰ ਸਾਲ ਬਣਾਉਂਦੇ ਹਾਂ ਇਸ ਤੋਂ ਪਹਿਲਾਂ ਰਾਮਲੀਲਾ ਹੁੰਦੀ ਹੈ ਰਾਮਲੀਲਾ ਹਰੇਕ ਸ਼ਹਿਰ ਦੇ ਵਿੱਚ ਹੁੰਦੀ ਹੈ ਬੱਚੇ ਬਹੁਤ ਜ਼ਿਆਦਾ ਰਾਮਲੀਲਾ ਨੂੰ ਦੇਖਦੇ ਆ ਅਸੀਂ ਵੀ ਬਚਪਨ ਦੇ ਵਿੱਚ ਇਸ ਰਾਮਲੀਲਾ ਨੂੰ ਦੇਖਦੇ ਹੁੰਦੇ ਸੀਗੇ ਹੁਣ ਇੱਕ ਖਬਰ ਇਹ ਆਈ ਹੈ ਕਿ ਜੇਲ੍ਹ ਦੇ ਵਿੱਚ ਰਾਮਲੀਲਾ ਕਰਵਾਈ ਜਾ ਰਹੀ ਸੀਗੀ ਉਹਦੇ ਵਿੱਚ ਦੋ ਕੈਦੀਆਂ ਨੂੰ ਜਿਹੜਾ ਹੈਗਾ ਵਾਰਨਰ ਬਣਾਇਆ ਗਿਆ ਸੀਗਾ ਤੇ ਉਹ ਸੀਤਾ ਮਾਤਾ ਨੂੰ ਲੱਭਣ ਵਾਸਤੇ ਚਲੇ ਗਏ ਜਦੋਂ ਉਹ ਚਲੇ ਗਏ ਤੇ ਮੁੜ ਕੇ ਉਹ ਵਾਪਸ ਨਹੀਂ ਆਏਗੇ ਉਹ ਕੰਦ ਟੱਪ ਕੇ ਕਿਤੇ ਰੱਖੇ ਤੇ ਚਲੇ ਗਏ ਤੇ ਸੀਤਾ ਮਾਤਾ ਤਾਂ ਵਾਪਸ ਆ ਗਈ ਪਰ ਉਹ ਜਿਹੜੇ ਵਾਰਨਰ ਬਣ ਕੇ ਕੈਦੀ ਗਏ ਸੀ ਉਹ ਫਰਾਰ ਹੋ ਗਏ ਨੇ ਤੇ ਇਸ ਗੱਲ ਕਰਕੇ ਪ੍ਰਸ਼ਾਸਨ ਨੂੰ ਬੜੀਆ ਭਾਜੜਾ ਪੈ ਗਈਆਂ ਜਦੋਂ ਉਹਨਾਂ ਨੇ ਕੈਦੀ ਗਿਣੇ ਤਾਂ ਦੋ ਕੈਦੀ ਘੱਟ ਨਿਕਲੇ ਉਸ ਤੋਂ ਬਾਅਦ ਪਤਾ ਲੱਗਾ ਕਿ ਜਿਹੜੇ ਵਾਰਨਰ ਬਣੇ ਸੀਗੇ ਉਹ ਬਾਂਦਰਾ ਵਾਂਗੂ ਟੱਪ ਕੇ ਕੰਦ ਦੂਜੇ ਪਾਸੇ ਚਲੇ ਗਏ ਹਾਲੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਹੈਗਾ ਅਗਲੀ ਖਬਰ ਇਹ ਹੈ ਕਿ ਅਸੀਂ ਹਮੇਸ਼ਾ ਦਾਅਵਾ ਕਰਦੇ ਹਾਂ ਸਾਡੀ ਸਰਕਾਰਾਂ ਦਾਅਵਾ ਕਰਦੀਆਂ ਨੇ ਕਿ ਅਸੀਂ ਕ ਮੰਤਰੀ ਪੱਦਰ ਦੇ ਉੱਤੇ ਬਹੁਤ ਜ਼ਿਆਦਾ ਮਜ਼ਬੂਤ ਹੋ ਚੁੱਕੇ ਹਾਂ ਸਾਡੀ ਜਿਹੜੀ ਸਥਿਤੀ ਹੈ ਉਹ ਬਹੁਤ ਸ਼ਕਤੀਸ਼ਾਲੀ ਹੋ ਚੁੱਕੀ ਹੈ ਦੁਨੀਆ ਦੇ ਵਿੱਚ ਭਾਰਤ ਦਾ ਇਸ ਸਮੇਂ ਬਹੁਤ ਜ਼ਿਆਦਾ ਬੋਲ ਵਾਲਾ ਹੈ ਪਰ ਜਦੋਂ ਕਈ ਵਾਰ ਅਸੀਂ ਇਹ ਵੀ ਦੇਖਦੇ ਹਾਂ ਕਿ ਭੁੱਖ ਮਰੀ ਜਿਹੜੀ ਹੰਗਰ ਇੰਡੈਕਸ ਹੈ ਉਹਦੇ ਵਿੱਚ ਭਾਰਤ ਦਾ ਕਿਹੜਾ ਸਥਾਨ ਹੈ ਉਹ ਬੜਾ ਸਾਨੂੰ ਸ਼ਰਮਿੰਦਾ ਕਰਦਾ ਹੈ ਜਿਹੜਾ ਗਲੋਬਲ ਹੰਗਰ ਇੰਡੈਕਸ 2024 ਦੀ ਰਿਪੋਰਟ ਆਈ ਹੈ ਉਹਦੇ ਵਿੱਚ 127 ਮੁਲਕਾਂ ਨੂੰ ਸ਼ਾਮਲ ਕੀਤਾ ਗਿਆ ਤੇ ਭਾਰਤ ਦਾ ਜਿਹੜਾ ਸਥਾਨ ਹੈ 155ਵਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਸਾਡੇ ਗੁਵਰਨਟੀ ਮੁਲਕ ਨੇ ਜਿਨ੍ਹਾਂ ਦੇ ਵਿੱਚ ਸ਼੍ਰੀਲੰਕਾ ਨੇਪਾਲ ਤੇ ਬੰਗਲਾਦੇਸ਼ ਨੇ ਉਹ ਵੀ ਸਾਡੇ ਤੋਂ ਉੱਪਰ ਨੇ ਜਾਂ ਜਾਨੀ ਕਿ ਹੰਗਰ ਇੰਡੈਕਸ ਦੇ ਵਿੱਚ ਜੇ ਸਾਡੇ ਤੋਂ ਪਿੱਛੇ ਰਹੇ ਨੇ ਉਹ ਸਿਰਫ ਪਾਕਿਸਤਾਨ ਤੇ ਅਫਗਾਨਿਸਤਾਨ ਆ ਤੇ ਇਸ ਜਿਹੜਾ ਭਾਰਤ ਉਹਨਾਂ 47 ਮੁਲਕਾਂ ਦੇ ਵਿੱਚ ਸ਼ਾਮਲ ਹੈ ਜਿੱਥੇ ਭੁੱਖਮਰੀ ਬੜੀ ਜਿਹੜੀ ਗੰਭੀਰ ਸਮੱਸਿਆ ਬਣੀ ਹੋਈ ਹੈ ਇਸ ਖਬਰ ਦੇ ਵਿੱਚ ਦੱਸਿਆ ਗਿਆ ਇਸ ਰਿਪੋਰਟ ਵਿੱਚ ਇਹ ਦੱਸਿਆ ਗਿਆ ਕਿ ਭਾਰਤ ਨੂੰ 27.3 ਅੰਕ ਪ੍ਰਾਪਤ ਹੋਇਆ ਹੈ ਤੇ ਭਾਰਤ ਦੀ ਜਿਹੜੀ ਕੁੱਲ ਆਬਾਦੀ ਹੈ ਉਹਦੇ ਵਿੱਚੋਂ 13.7 ਅਜਿਹੇ ਲੋਕ ਨੇ ਜਿਨ੍ਹਾਂ ਨੂੰ ਕਪੋਸ਼ਣ ਹੈ ਉਹਨਾਂ ਨੂੰ ਵਧੀਆ ਭੋਜਨ ਨਹੀਂ ਮਿਲਦਾ ਹੈਗਾ ਇਸੇ ਤਰੀਕੇ ਦੇ ਨਾਲ ਇਹ ਵੀ ਪਤਾ ਲੱਗਿਆ ਕਿ ਜਿਹੜੇ 5 ਸਾਲ ਤੋਂ ਘੱਟ ਉਮਰ ਦੇ 35.5% ਦੇ ਬੱਚੇ ਨੇ ਉਹ ਅਵਿਕਸਿਤ ਹੁੰਦੇ ਨੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੇ ਹੈਗੇ ਉਹਦਾ ਕਾਰਨ ਇਹੀ ਹੈ ਕਿ ਭੁੱਖਮਰੀ ਹੈ ਇਸ ਤੋਂ ਇਲਾਵਾ ਇਹਨਾਂ ਵਿੱਚੋਂ ਜਿਹੜੇ 18.7% ਦੇ ਹੁੰਦੇ ਨੇ ਉਹ ਬੇਹੱਦ ਜ਼ਿਆਦਾ ਕਮਜ਼ੋਰ ਹੁੰਦੇ ਨੇ ਤੇ ਇਹ ਵੀ ਜਿਹੜੀ ਰਿਪੋਰਟ ਬੜੀ ਹੀ ਚਿੰਤਾਜਨਕ ਹੈ ਉਹਦੇ ਵਿੱਚ ਇਹ ਦੱਸਿਆ ਗਿਆ ਕਿ 2.9% ਅਜਿਹੇ ਬੱਚੇ ਹੁੰਦੇ ਹੈ ਜਿਹੜੇ ਪਦਾਇਸ਼ ਤੋਂ ਲੈ ਕੇ 5 ਸਾਲ ਤੱਕ ਉਹ ਜਿਹੜੀ ਇਹ ਭੁੱਖਮਰੀ ਕਰਕੇ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਨੇ ਇਹ ਦਰਸ਼ਕੋ ਇਹ ਸੀਗੀਆਂ ਜਿਹੜੀਆਂ ਕੁਝ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕੀਤੀ ਹੈ ਵਿਚਾਰ ਪਟਾੰਤਰਾ ਕੀਤਾ ਟਿੱਪਣੀਆਂ ਕੀਤੀਆਂ ਨੇ ਤੇ ਉਹਨਾਂ ਦਾ ਕੀ ਅਸਰ ਹੈ ਉਸ ਬਾਰੇ ਗੱਲਬਾਤ ਕੀਤੀ ਹੈ ਕੱਲੂ ਨਵੀਆਂ ਖਬਰਾਂ ਦੇ ਨਾਲ ਜਿਹੜਾ ਘਟਨਾਕ੍ਰਮ ਵਾਪਰਨਗੇ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ ਮੈਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ Kabul değil ha ha.